ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਸਮੇਂ-ਸਮੇਂ ਦੇ ਉੱਪਰ ਆਪ ਸਭ ਗੁਰਮੁਖ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪੰਥ ਗੁਰੂ ਕਲਗੀਧਰ ਪਤਾ ਮਹਾਰਾਜ ਜੀ ਦੇ ਧੀਆਂ ਤੇ ਪੁੱਤਰਾਂ ਦੇ ਨਾਲ ਸਮੇਂ-ਸਮੇਂ ਦੌਰਾਨ ਆਪਾਂ ਸਾਂਝ ਕਰਦੇ ਆਂ ਤੇ ਜਦੋਂ ਕੋਈ ਵੀ ਖਾਸ ਦਿਨ ਤਿਉਹਾਰ ਆਪਣੇ ਸਾਹਮਣੇ ਆਉਂਦਾ ਹੈ ਤੇ ਉਹਦੇ ਪਰਥਾਏ ਕੁਝ ਨਾ ਕੁਝ ਜਾਣਕਾਰੀਆਂ ਲੈ ਕਰਕੇ ਆਪਦੇ ਜਿਹੇ ਨਾਲ ਉਹ ਸਾਂਝ ਕਰੀਦੀ ਹੈ ਸੋ ਅੱਜ 1 ਜਨਵਰੀ 2021 ਜਿਸ ਨੂੰ ਪੂਰੇ ਸੰਸਾਰ ਦੇ ਵਿੱਚ ਨਵੇਂ ਸਾਲ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿ ਪਹਿਲਾ ਦਿਨ ਚੜ੍ਹਿਆ ਇਹ ਨਵਾਂ ਸਾਲ ਪ੍ਰਾਰੰਭ ਹੋਇਆ 2020 ਦਾ ਜਿਹੜਾ ਹੈ 31 ਦਸੰਬਰ ਨੂੰ ਸਮਾਪਤੀ ਹੋ ਗਈ ਤੇ ਪਹਿਲੀ ਜਨਵਰੀ 2021 ਦਾ ਨਵਾਂ ਸਾਲ ਪ੍ਰਾਰੰਭ ਹੋ ਗਿਆ ਜਿਸ ਦੇ ਪਰਥਾਏ ਕਈ ਦਿਨਾਂ ਤੋਂ ਬਹੁਤ ਸਾਰੀਆਂ ਪੋਸਟਾਂ ਵਧਾਈਆਂ ਦਾ ਦੌਰ ਇੱਕ ਦੂਸਰੇ ਨੂੰ ਮੁਬਾਰਕਾਂ ਦਾ ਦੌਰ ਜਿਹੜਾ ਉਹ ਚੱਲ ਰਿਹਾ ਹੈ ਸੋ ਅੱਜ ਬਹੁਤਾ ਸਮਾਂ ਆਪਜੀ ਦਾ ਨਾਮ ਲੈ ਕਰਕੇ ਕੁਝ ਇੱਕ ਬੇਨਤੀਆਂ ਕੁਝ ਇੱਕ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕਿ ਅਸਲ ਦੇ ਰੂਪ ਦੇ ਵਿੱਚ ਨਵਾਂ ਸਾਲ ਕਦੋਂ ਪ੍ਰਾਰੰਭ ਹੁੰਦਾ ਤੇ ਕੀ ਪਹਿਲੀ ਜਨਵਰੀ ਜਿਹੜੀ ਹੈ ਵਾਕਈ ਨਵਾਂ ਸਾਲ ਹੁੰਦਾ ਹੈ ਪਹਿਲਾ ਦਿਨ ਹੁੰਦਾ ਹੈ ਜਦ ਸਾਲ ਦੀ ਪ੍ਰਾਰੰਭਤਾ ਹੁੰਦੀ ਹੈ ਤੇ ਜੇਕਰ ਇਹ ਗੱਲ ਸੱਚ ਹੈ ਤੇ ਸਭ ਤੋਂ ਪਹਿਲਾਂ ਇਹ ਗੱਲ ਸ਼ੁਰੂ ਕਦੋਂ ਹੋਈ ਕਿਸ ਨੇ ਇਸ ਨੂੰ ਸ਼ੁਰੂ ਕੀਤਾ ਤੇ ਕਿਵੇਂ ਸਾਨੂੰ ਪਤਾ ਲੱਗਾ ਕਿ ਪਹਿਲੀ ਜਨਵਰੀ ਜਿਹੜੀ ਹੈ ਉਹ ਸਾਲ ਦਾ ਪਹਿਲਾ ਦਿਨ ਹੁੰਦੀ ਹੈ ਤੇ 31 ਦਸੰਬਰ ਸਾਲ ਦਾ ਆਖਰੀ ਦਿਨ ਹੁੰਦਾ ਹੈ ਕੌਣ ਸੀ ਜਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਤੇ ਕਿਸ ਨੇ ਇਸ ਤਰੀਕੇ ਦੇ ਨਾਲ ਸਾਲ ਦੀ ਵੰਡ ਕੀਤੀ ਕਿ ਸਾਲ ਦੇ ਵਿੱਚ ਕਿੰਨੇ ਦਿਨ ਹੋਣਗੇ ਕਦੋਂ ਆਖਰੀ ਦਿਨ ਹੋਵੇਗਾ ਤੇ ਕਦੋਂ ਸਾਲ ਦਾ ਪਹਿਲਾ ਦਿਨ ਜਿਹੜਾ ਉਹ ਸ਼ੁਰੂ ਹੋਵੇਗਾ ਸੋ ਜਿਹੜੇ ਗੁਰਮੁਖ ਪੜ੍ਹੇ ਲਿਖੇ ਸੱਜਣ ਨੇ ਹੋ ਸਕਦਾ ਹੈ ਕਿ ਉਹਨਾਂ ਨੂੰ ਥੋੜੀ ਬਹੁਤੀ ਇਹਦੇ ਬਾਰੇ ਜਾਣਕਾਰੀ ਹੋਵੇ ਪਰ ਬਹੁਤਾਤ ਸੰਗਤਾਂ ਨੂੰ ਇਸ ਗੱਲ ਬਾਰੇ ਅੱਜ ਤੱਕ ਜਾਣਕਾਰੀ ਨਹੀਂ ਮਿਲੀ ਹੈ ਕਿ ਅਸਲ ਰੂਪ ਦੇ ਵਿੱਚ ਇਹ ਗੱਲ ਸ਼ੁਰੂ ਕਿੱਥੋਂ ਹੋਈ ਹੈ ਤੇ ਇਸ ਗੱਲ ਦਾ ਕਿਸੇ ਧਰਮ ਦੇ ਨਾਲ ਕਿਸੇ ਫਿਰਕੇ ਦੇ ਨਾਲ ਵੀ ਕੋਈ ਸਬੰਧ ਹੈ ਜਾਂ ਨਹੀਂ ਕਿਉਂਕਿ ਮੌਜੂਦਾ ਸਮੇਂ ਅੰਦਰ ਪ੍ਰਚਾਰ ਇਹ ਕੀਤਾ ਜਾਂਦਾ ਕਿ ਜਿਹੜਾ ਜਨਵਰੀ ਤੋਂ ਲੈ ਕਰਕੇ ਦਸੰਬਰ ਤੱਕ ਦਾ ਕੈਲੰਡਰ ਹੁੰਦਾ ਇਹ ਇੱਕ ਬਿਜ਼ਨਸ ਕੈਲੰਡਰ ਹੈ ਤੇ ਪੂਰੇ ਸੰਸਾਰ ਨੇ ਇਸ ਕੈਲੰਡਰ ਨੂੰ ਮੰਨਤਾ ਦਿੱਤੀ ਹੋਈ ਹੈ ਜਿਸ ਦੇ ਆਧਾਰ ਦੇ ਉੱਪਰ ਹੀ 31 ਤਰੀਕ ਨੂੰ ਜਿਹੜਾ ਸਾਲ ਦਾ ਆਖਰੀ ਦਿਨ ਤੇ ਪਹਿਲੀ ਜਨਵਰੀ ਨੂੰ ਸਾਲ ਦਾ ਨਵੇਂ ਸਾਲ ਦਾ ਪਹਿਲਾ ਦਿਨ ਕਰਕੇ ਮਨਾਇਆ ਜਾਂਦਾ ਪਰ ਬਹੁਤ ਦੇਸ਼ ਅੱਜ ਵੀ 2021 ਦੇ ਵਿੱਚ ਵੀ ਐਸੇ ਹਨ ਕਿ ਜਿਹੜੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਅਰਬ ਦੇਸ਼ਾਂ ਦੀ ਆਉਂਦੀ ਹੈ ਕਿ ਜਿਨ੍ਹਾਂ ਨੇ ਪੈਸੇ ਦੇ ਦਮ ਦੇ ਉੱਪਰ ਰੇਤੇ ਦੇ ਵਿੱਚ ਵੀ ਫੁੱਲ ਖੜਾ ਦਿੱਤੇ ਤੇ ਆਪਣੇ ਉਹਨਾਂ ਟਿੱਬਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਹਰਿਆਲੀ ਪੈਦਾ ਕਰ ਦਿੱਤੀ ਤੇ ਦੁਨੀਆ ਦੇ ਵਿੱਚ ਇਕਨੋਮੀ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਪਾਉਣ ਵਾਲੇ ਟੂਰਿਜ਼ਮ ਨੂੰ ਪ੍ਰਮੋਟ ਕਰਨ ਵਾਲੇ ਬਹੁਤ ਐਸੀਆਂ ਕੰਟਰੀਜ਼ ਹਨ ਜਿਹੜੇ ਅਜੇ ਵੀ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੇ ਰੂਪ ਦੇ ਵਿੱਚ ਨਹੀਂ ਮਨਾਉਂਦੇ ਤੇ ਚਾਈਨਾ ਦੁਨੀਆ ਦਾ ਬਹੁਤ ਵੱਡਾ ਮੁਲਖ ਹੈ ਕਿ ਜਿਹੜਾ ਚੀਜ਼ਾਂ ਤਿਆਰ ਕਰਕੇ ਅੱਜ ਪੂਰੇ ਸੰਸਾਰ ਦੀ ਵਰਲਡ ਮਾਰਕੀਟ ਦੇ ਵਿੱਚ ਜੇਕਰ ਕਿਸੇ ਦਾ ਨਾਮ ਹੈ ਕਿ ਉਹ ਚਾਈਨਾ ਦਾ ਨਾਮ ਆਉਂਦਾ ਹੈ ਤੇ ਚਾਈਨਾ ਵੀ ਜਿਹੜਾ ਉਹ ਪਹਿਲੀ ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਉਹਨਾਂ ਦਾ ਆਪਣਾ ਨਵਾਂ ਸਾਲ ਵੱਖਰੇ ਰੂਪ ਦੇ ਵਿੱਚ ਮਨਾਇਆ ਜਾਂਦਾ ਜਿਵੇਂ ਮੈਂ ਸਾਂਝੀ ਕੀਤੀ ਕਿ ਅਰਬ ਦੇਸ਼ਾਂ ਦੇ ਵਿੱਚ ਵੀ ਜਿਹੜਾ ਹੈ ਉਹ ਨਵਾਂ ਸਾਲ ਪਹਿਲੀ ਜਨਵਰੀ ਨੂੰ ਨਹੀਂ ਮਨਾਇਆ ਜਾਂਦਾ ਤੇ ਦੁਨੀਆ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਸੇ ਫਿਰਕੇ ਹਨ ਇਥੋਂ ਤੱਕ ਕਿ ਜਿਸ ਨੂੰ ਹਜ਼ਰਤ ঈਸਾ ਦੇ ਨਾਲ ਜੋੜਿਆ ਜਾਂਦਾ ਇਸ ਕੈਲੰਡਰ ਨੂੰ ਖਾਸ ਰੂਪ ਦੇ ਵਿੱਚ ਕਿ ਕ੍ਰਿਸਚੀਅਨ ਲੋਕ ਜਿਹੜੇ ਨੇ ਉਹ ਨਵਾਂ ਸਾਲ ਮਨਾਉਂਦੇ ਨੇ ਪਰ ਜਿਹੜੇ ਅਸਲ ਕ੍ਰਿਸਚੀਅਨ ਹਨ ਉਹ ਅੱਜ ਵੀ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੇ ਰੂਪ ਦੇ ਵਿੱਚ ਨਹੀਂ ਮਨਾਉਂਦੇ ਸੋ ਇਹਨਾਂ ਗੱਲਾਂ ਦਾ ਖੁਲਾਸਾ ਮੈਂ ਤੁਹਾਡੇ ਨਾਲ ਅੱਗੇ ਚੱਲ ਕੇ ਕਰਨਾ ਹੈ ਕਿ ਕੀ ਕਾਰਨ ਹੈ ਕਿੱਥੋਂ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਤੇ ਜਿਹੜੇ ਸਾਲ ਦੇ 12 ਮਹੀਨੇ ਨੇ ਇਹ 12 ਮਹੀਨੇ ਕਿਦਾਂ ਹੋੰਦ ਦੇ ਵਿੱਚ ਆਏ ਇਹਨਾਂ ਮਹੀਨਿਆਂ ਦੇ ਪਿੱਛੇ ਅਸਲ ਕਹਾਣੀ ਕੀ ਹੈ ਤੇ ਕੌਣ ਸੀ ਉਹ ਜਿਨੇ ਇਸ 12 ਮਹੀਨਿਆਂ ਨੂੰ ਇੱਕ ਸਾਲ ਦਾ ਰੂਪ ਦਿੱਤਾ ਤੇ ਜਨਵਰੀ ਨੂੰ ਪਹਿਲੀ ਨੂੰ ਨਵਾਂ ਸਾਲ ਬਣਾ ਦਿੱਤਾ ਗਿਆ ਸੋ ਗੁਰੂ ਪਿਆਰੋ ਜਦੋਂ ਇਤਿਹਾਸ ਨੂੰ ਫਰੋਲਦੇ ਆ ਜਾਣਕਾਰੀ ਇਕੱਤਰ ਕਰਦੇ ਆ ਤੇ ਪਤਾ ਲੱਗਦਾ ਹੈ ਕਿ ਨਵੇਂ ਸਾਲ ਨੂੰ ਮਨਾਉਣ ਦਾ ਜਿਹੜਾ ਟ੍ਰੈਡੀਸ਼ਨ ਹੈ ਕਿ ਜਿਹੜੀ ਰੀਤ ਹੈ ਤੇ ਨਵੇਂ ਸਾਲ ਦੇ ਸੰਬੰਧ ਦੇ ਵਿੱਚ ਕਿ ਪਹਿਲੀ ਜਨਵਰੀ ਨੂੰ ਨਵਾਂ ਸਾਲ ਮਨਾਇਆ ਜਾਣਾ ਇਹ ਗ੍ਰੀਬਨ ਤਕਰੀਬਨ ਅੱਜ ਤੋਂ 4000 ਸਾਲ ਪਿੱਛੇ ਤੱਕ ਦਾ ਜਿਹੜਾ ਹੈ ਉਹ ਸਮਾਂ ਚਲੇ ਜਾਂਦਾ ਹੈ ਜਿੱਥੋਂ ਇਹ ਸਾਰੇ ਦੇ ਸਾਰੇ ਵੇਰਵੇ ਉਹ ਮਿਲਦੇ ਨੇ ਤੇ ਜਦੋਂ 4000 ਸਾਲ ਪਿੱਛੇ ਜਾ ਕਰਕੇ ਆਪਾਂ ਵੇਖਦੇ ਆਂ ਤੇ ਸੰਸਾਰ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਸੱਭਿਆਤਾਵਾਂ ਹੋਈਆਂ ਨੇ ਜਿਨ੍ਹਾਂ ਦਾ ਨਾਮ ਅੱਜ ਵੀ ਲਿਆ ਜਾਂਦਾ ਤੇ ਜਿਨ੍ਹਾਂ ਨੂੰ ਆਪਣੇ ਪੂਰਵਜ ਮੰਨ ਕੇ ਮੌਜੂਦਾ ਸਮੇਂ ਦੇ ਵਿੱਚ ਉਹ ਸਾਰੀ ਗੱਲਬਾਤ ਅੱਗੇ ਚੱਲਦੀ ਹੈ ਸੋ ਇਸੇ ਦੇ ਹੀ ਤਹਿਤ ਰੋਮਨ ਲੋਕ ਜਿਹੜੇ ਸੰਸਾਰ ਦੇ ਵਿੱਚ ਇੱਕ ਐਸੀ ਸੱਭਿਆਤਾ ਹੋਈ ਹੈ ਕਿ ਜਿਹੜੇ ਬਹੁਤ ਸਮਾਂ ਪਹਿਲਾਂ ਹੋਏ ਨੇ ਤੇ ਤਰੱਕੀ ਦੇ ਰੂਪ ਦੇ ਵਿੱਚ ਜਿਵੇਂ ਅੱਜ ਘਰਾਂ ਦੇ ਵਿੱਚ ਗਰਮ ਪਾਣੀ ਦੀ ਸੁਵਿਧਾ ਹੈ ਟਾਇਲਟ ਬਾਥਰੂਮ ਦੀ ਸੁਵਿਧਾ ਹੈ ਸੋ ਕਈ ਹਜ਼ਾਰ ਸਾਲ ਪਹਿਲਾਂ ਰੋਮਨ ਲੋਕ ਇਸ ਚੀਜ਼ ਨੂੰ ਅਡਾਪਟ ਕਰ ਚੁੱਕੇ ਸੀ ਭਾਵ ਕਿ ਉਹ ਤਰੱਕੀ ਕਰ ਚੁੱਕੇ ਸੀ ਇਹੋ ਜਿਹਾ ਸਿਸਟਮ ਡਿਵੈਲਪ ਕਰ ਚੁੱਕੇ ਸੀ ਜਿਨ੍ਹਾਂ ਨੂੰ ਅੱਜ ਪੁਰਾਤਨ ਬਿਲਡਿੰਗਾਂ ਨੂੰ ਖੋਜਣ ਵਾਲੇ ਜਾਂ ਟਿੱਲਿਆਂ ਦੀ ਖੁਦਾਈ ਕਰਨ ਵਾਲੇ ਲੋਕ ਜਿਵੇਂ ਧਰਤੀ ਦੇ ਹੇਠਾਂ ਦੱਬੇ ਹੋਏ ਅਵਸ਼ੇਸ਼ ਪ੍ਰਾਪਤ ਹੁੰਦੇ ਨੇ ਉਹਨਾਂ ਦੇ ਆਧਾਰ 'ਤੇ ਇਹ ਗੱਲ ਸਾਬਤ ਕੀਤੀ ਜਾਂਦੀ ਹੈ ਸੋ ਰੋਮ ਜਿਹੜਾ ਹੈ ਇਟਲੀ ਦਾ ਕੈਪੀਟਲ ਸਭ ਤੋਂ ਵੱਡਾ ਦੇਸ਼ ਹੈ ਤੇ 크ਿਸਚੀਅਨਿਟੀ ਦਾ ਜਿਹੜਾ ਸਭ ਤੋਂ ਵੱਡਾ ਧੁਰਾ ਸੈਂਟਰਲਾਈਜ਼ਡ ਸਿਸਟਮ ਜਿੱਥੋਂ ਹੁੰਦਾ ਹੈ ਉਹ ਰੋਮ ਹੈ ਤੇ ਅੱਜ ਵੀ ਰੋਮ ਦਾ ਜਿਹੜਾ ਪੋਪ ਹੈ ਜਿਵੇਂ ਕਿ ਧਰਮ ਦਾ ਉਹਨਾਂ ਦਾ ਸਭ ਤੋਂ ਵੱਡਾ ਮਨਤਾ ਕਰਨ ਵਾਲਾ ਹੈ ਕੋਈ ਆਦੇਸ਼ ਦਿੰਦਾ ਹੈ ਤੇ ਪੂਰੇ ਯੂਰਪ ਦੇ ਵਿੱਚ ਉਸ ਦੀ ਗੱਲ ਨੂੰ ਸੁਣਿਆ ਜਾਂਦਾ ਤੇ ਕ੍ਰਿਸਚੀਅਨ ਲੋਕ ਉਸ ਦੀ ਗੱਲ ਦੀ ਮਾਨਤਾ ਕਰਦੇ ਨੇ ਤੇ ਇਸੇ ਗੱਲ ਦਾ ਦੂਸਰਾ ਸਬੂਤ ਇਹ ਹੈ ਕਿ ਅੱਜ ਤੱਕ ਯੂਰਪ ਦੇ ਵਿੱਚ ਕ੍ਰਿਸਚੀਅਨਿਟੀ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਸਰਕਾਰੀ ਰੂਪ ਦੇ ਵਿੱਚ ਮਾਨਤਾ ਨਹੀਂ ਦਿੱਤੀ ਗਈ ਭਾਵੇਂ ਕਿ ਸਿੱਖ ਵੀ ਵੱਸਦੇ ਨੇ ਮੁਸਲਮਾਨ ਵੀ ਵੱਸਦੇ ਨੇ ਹਿੰਦੂ ਭਰਾ ਵੀ ਵੱਸਦੇ ਨੇ ਲੋਕ ਬਹੁਤ ਵਸਦੇ ਨੇ ਵੱਖੋ-ਵੱਖਰੇ ਧਰਮਾਂ ਨੂੰ ਮੰਨਣ ਵਾਲੇ ਉੱਥੇ ਰਹਿੰਦੇ ਨੇ ਆਪਣੇ ਧਰਮਾਂ ਨੂੰ ਆਪਣੇ ਅਨੁਸਾਰ ਮੰਨਦੇ ਵੀ ਹਨ ਪਰ ਸਰਕਾਰੀ ਰੂਪ ਦੇ ਵਿੱਚ ਪੂਰੇ ਯੂਰਪ ਦੇ ਵਿੱਚ 크੍ਰਿਸਚੀਅਨ ਧਰਮ ਤੋਂ ਬਗੈਰ ਕਿਸੇ ਹੋਰ ਧਰਮ ਨੂੰ ਸਰਕਾਰੀ ਕਾਗਜ਼ਾਂ ਦੇ ਉੱਪਰ ਮਾਨਤਾ ਨਹੀਂ ਦਿੱਤੀ ਗਈ। ਪਿਛਲੇ ਕੁਝ ਦਿਨਾਂ ਅੰਦਰ ਖਬਰ ਆਈ ਸੀ ਕਿ ਆਸਟ੍ਰੇਲੀਆ ਨੇ ਇਸ ਦੇ ਵਿੱਚ ਪਹਿਲ ਕਦਮੀ ਕੀਤੀ ਹੈ ਤੇ ਸਿੱਖ ਧਰਮ ਨੂੰ ਰਜਿਸਟਰ ਕਰਕੇ ਉਹਨਾਂ ਨੇ ਆਪਣੇ ਦੇਸ਼ ਦੇ ਵਿੱਚ ਸਰਕਾਰੀ ਭਾਸ਼ਾ ਦੇ ਵਿੱਚ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਜਗ੍ਹਾ ਉਹ ਦੇ ਦਿੱਤੀ ਹੈ। ਪਰ ਬਾਕੀ ਦੇ ਮੁਲਕ ਅਜੇ ਵੀ ਗੁਰੂ ਪਿਆਰਿਓ ਉਹ ਕਿਸੇ ਹੋਰ ਧਰਮ ਨੂੰ ਮੰਨਤਾ ਨਹੀਂ ਦਿੰਦੇ ਮੰਨਣ ਦੀ ਤੁਹਾਨੂੰ ਆਜ਼ਾਦੀ ਹੈ ਪਰ ਸਰਕਾਰੀ ਰੂਪ ਦੇ ਵਿੱਚ ਮੰਨਤਾ ਨਹੀਂ ਦਿੰਦੇ ਸੋ ਰੋਹੋ ਵਿਚ 400 ਅੱਜ ਤੋਂ 4000 ਸਾਲ ਪਹਿਲਾਂ ਜਦੋਂ ਆਪਾਂ ਇਸ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਪਤਾ ਲੱਗਦਾ ਹੈ ਕਿ ਰੋਮੁਲਸ ਜਿਹਦੇ ਨਾਮ ਦੇ ਉੱਪਰ ਰੋਮ ਦਾ ਸ਼ਹਿਰ ਬਣਿਆ ਉਸ ਰੋਮੁਲਸ ਨੇ ਸਭ ਤੋਂ ਪਹਿਲਾ ਕੈਲੰਡਰ ਜਾਰੀ ਕੀਤਾ ਸਮੇਂ ਦੀ ਵੰਡ ਨੂੰ ਦਰਸਾਉਣਾ ਚਾਹਿਆ ਤੇ ਜਿਹੜੇ ਅੱਜ ਆਪਾਂ 12 ਮਹੀਨਿਆਂ ਦਾ ਸਾਲ ਮੰਨ ਕੇ ਚੱਲਦੇ ਹਾਂ ਤੇ 31 ਦਸੰਬਰ ਸਾਲ ਦਾ ਆਖਰੀ ਦਿਨ ਮੰਨਦੇ ਹਾਂ ਤੇ ਪਹਿਲੀ ਜਨਵਰੀ ਸਾਲ ਦੀ ਨਵੇਂ ਸਾਲ ਦੀ ਪ੍ਰਾਰੰਭਤਾ ਹੁੰਦੀ ਹੈ ਸੋ ਜਦੋਂ ਪਹਿਲਾ ਕੈਲੰਡਰ ਜਾਰੀ ਕੀਤਾ ਗਿਆ ਉਸ ਕੈਲੰਡਰ ਦੇ ਵਿੱਚ ਆਪ ਜੀ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 10 ਮਹੀਨੇ ਗਿਨੇ ਗਏ ਸਨ ਕਿ 10 ਮਹੀਨਿਆਂ ਦਾ ਇੱਕ ਸਾਲ ਬਣਾਇਆ ਗਿਆ ਸੀ ਤੇ ਸਾਲ ਦਾ ਆਖਰੀ ਮਹੀਨਾ 10ਵਾਂ ਮਹੀਨਾ ਹੋਇਆ ਕਰਦਾ ਸੀ ਦਸੰਬਰ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਅੱਜ ਆਪਾਂ 12ਵੇਂ ਮਹੀਨੇ ਦੇ ਰੂਪ ਦੇ ਵਿੱਚ ਮਨਾ ਰਹੇ ਹਾਂ ਇਹ 10 ਤੋਂ 12 ਕਿਵੇਂ ਹੋਏ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝ ਕਰਨੀ ਹੈ ਉਸ ਦੁਆਰਾ ਸਮੇਂ ਦੀ ਵੰਡ ਕੀਤੀ ਗਈ ਤੇ ਸਾਲ ਦੇ ਵਿੱਚ 304 ਦਿਨ ਰੱਖੇ ਗਏ ਜਿਵੇਂ ਮੌਜੂਦਾ ਸਮੇਂ ਦੇ ਵਿੱਚ ਸਾਲ ਦੇ 365 ਦਿਨ ਨੇ ਸੋ ਪਹਿਲਾ ਕੈਲੰਡਰ ਜਿਹੜਾ ਹੈ ਉਹ ਰੋਮਨ ਲੋਕਾਂ ਵੱਲੋਂ ਤਿਆਰ ਕਰਕੇ ਰੋਮੁਲਸ ਦੇ ਵੱਲੋਂ ਤਿਆਰ ਕਰਕੇ ਦਿੱਤਾ ਗਿਆ ਜਿਹਦੇ ਵਿੱਚ 10 ਮਹੀਨੇ ਤੇ 304 ਦਿਨ ਰੱਖੇ ਗਏ ਪਰ ਬਾਕੀ ਮੁਲਕਾਂ ਨੇ ਉਸ ਕੈਲੰਡਰ ਨੂੰ ਮਾਨਤਾ ਨਹੀਂ ਦਿੱਤੀ ਜਿਵੇਂ ਮੁਸਲਮਾਨ ਮਤ ਅੱਜ ਵੀ ਆਪਣਾ ਹਿਜਰੀ ਕੈਲੰਡਰ ਫਾਲੋ ਕਰਦਾ ਇਸਲਾਮ ਮਤ ਦੇ ਅਨੁਸਾਰ ਜਦੋਂ ਮੁਹੰਮਦ ਹਿਜਰਤ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਸੀ ਉਸ ਦਿਨ ਤੋਂ ਇਹਨਾਂ ਨੇ ਆਪਣੇ ਦਿਨਾਂ ਦੀ ਗਿਣਤੀ ਸ਼ੁਰੂ ਕਰਨੀ ਹੈ ਕੀਤੀ ਹੈ ਤੇ ਉਸ ਨੂੰ ਹਿਜਰੀ ਕੈਲੰਡਰ ਦੇ ਰੂਪ ਵਿੱਚ ਮੰਨਦੇ ਨੇ ਚਾਈਨਾ ਵਾਲੇ ਆਪਣਾ ਚਾਈਨਿਸ ਕੈਲੰਡਰ ਵੱਖਰਾ ਮੰਨਦੇ ਨੇ ਸਿੱਖ ਪੰਥ ਦੇ ਅੰਦਰ ਸਾਡਾ ਚੇਤ ਵਿਸਾਖ ਜੇਠ ਹੜ ਦੇਸੀ ਮਹੀਨਿਆਂ ਦੇ ਮੁਤਾਬਕ ਇੱਕ ਸਾਲ ਬਣਦਾ ਇਸੇ ਪ੍ਰਕਾਰ ਹਿੰਦੂ ਮਤ ਦੇ ਵਿੱਚ ਵੀ ਹੈ ਸੋ ਵੱਖੋ ਵੱਖਰੇ ਧਰਮਾਂ ਦੇ ਲੋਕ ਆਪੋ ਆਪਣੇ ਪੀਰ ਪੈਗੰਬਰਾਂ ਦੇ ਨਾਲ ਜੁੜੇ ਹੋਏ ਦਿਨਾਂ ਨੂੰ ਗਿਣ ਕਰਕੇ ਉਹ ਸਾਲ ਦੀ ਗਿਣਤੀ ਕਰਦੇ ਨੇ ਤੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਵੀ ਅਸਲ ਦੇ ਵਿੱਚ ਜਦੋਂ ਸੰਸਾਰ ਬਣਿਆ ਜਾਂ ਸਭ ਤੋਂ ਪਹਿਲਾ ਦਿਨ ਚੜ੍ਹਿਆ ਉਹ ਕਿਹੜਾ ਦਿਨ ਸੀ ਕਿਸ ਨੇ ਉਹਨੂੰ ਵੇਖਿਆ ਤੇ ਕਿਵੇਂ ਪਤਾ ਲੱਗਾ ਕਿ ਅੱਜ ਦੁਨੀਆ ਦੇ ਉੱਪਰ ਪਹਿਲਾ ਦਿਨ ਚੜ੍ਹਿਆ ਹੈ ਜਿਵੇਂ ਆਪਾਂ ਨਵੇਂ ਸਾਲ ਦੀ ਪ੍ਰਾਰੰਭਤਾ ਕਰ ਰਹੇ ਹਾਂ ਇਹਦੇ ਬਾਰੇ ਗੁਰਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਪ੍ਰਮਾਣ ਦਿੱਤੇ ਨੇ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਜਿਸ ਸਮਾਂ ਬਣਿਆ ਤੇ ਆਪਾਂ ਸਾਂਝ ਕਰਾਂਗੇ ਮੋੜ ਆਪਣੇ ਵਿਸ਼ੇ ਵੱਲ ਆਈਏ ਕਿ ਪਹਿਲਾ ਕੈਲੰਡਰ ਜਦੋਂ ਤਿਆਰ ਕਰ ਦਿੱਤਾ ਗਿਆ 10 ਮਹੀਨੇ ਤੇ 304 ਦਿਨ ਦਿੱਤੇ ਗਏ ਸਮਾਂ ਪਾ ਕਰਕੇ ਜਦੋਂ ਗਿਣਤੀ ਕੀਤੀ ਜਾਂਦੀ ਸੀ ਤੇ ਸਾਲ ਦੇ ਦਿਨ ਪੂਰੇ ਨਹੀਂ ਸੀ ਆਉਂਦੇ ਜਿਵੇਂ ਅੱਜ ਵੀ ਗਰਮੀ ਸਰਦੀ ਪਤਝੜ ਬਸੰਤ ਬਹਾਰ ਇਹ ਮੌਸਮ ਨੇ ਜਿਨ੍ਹਾਂ ਨੂੰ ਵਿੰਟਰ ਸਮਰ ਆਟਮ ਇਹੋ ਜੇ ਰੂਪ ਦੇ ਵਿੱਚ ਆਪਾਂ ਗਿਣਦੇ ਆਂ ਤੇ ਕੁਦਰਤ ਦਾ ਦਾ ਸਰਕਲ ਆਫ ਨੇਚਰ ਜਿਹੜਾ ਹੈ ਕੁਦਰਤ ਦਾ ਜਿਹੜਾ ਚੱਕਰ ਹੈ ਉਹ ਸ਼ੁਰੂ ਹੋ ਕਰਕੇ ਆਪਣਾ ਕੰਪਲੀਟ ਚੱਕਰ ਜਿੰਨੀ ਦੇਰ ਤੱਕ ਪੂਰਾ ਨਹੀਂ ਹੁੰਦਾ ਓਨੀ ਦੇਰ ਤੱਕ 1 ਸਾਲ ਦਾ ਸਮਾਂ ਮੁਕੰਮਲ ਨਹੀਂ ਮੰਨਿਆ ਜਾਂਦਾ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਕਿ ਕੁਦਰਤ ਜਦੋਂ ਆਪਣੀ ਹੋਂਦ ਨੂੰ ਦੁਬਾਰਾ ਸੁਰਜੀਤ ਕਰਦੀ ਹੈ ਭਾਵੇਂ ਕਿ ਜਦੋਂ ਦਰਖਤਾਂ ਦੇ ਨਵੇਂ ਪੱਤੇ ਪੁੰਗਰਦੇ ਨੇ ਪੁੰਗਾਰਾ ਫੁੱਟਦਾ ਹੈ ਪਹਿਲਾ ਪੁੰਗਾਰਾ ਫੁੱਟਦਾ ਹੈ ਫਿਰ ਉਹਦੇ ਤੋਂ ਪੱਤੇ ਬਣਦੇ ਨੇ ਪੱਤਿਆਂ ਤੋਂ ਟਾਹਣੀਆਂ ਬਣਦੀਆਂ ਨੇ ਫੁੱਲ ਬਣਦੇ ਨੇ ਫਲ ਬਣਦੇ ਨੇ ਬੂਟਿਆਂ ਤੇ ਹਰਿਆਵਲ ਆ ਜਾਂਦੀ ਹੈ ਤੇ ਆਪਣੇ ਫਲ ਦੇਣ ਤੋਂ ਬਾਅਦ ਉਹ ਸਮਾਂ ਆਉਂਦਾ ਹੈ ਕਿ ਦੁਬਾਰਾ ਉਹ ਪੱਤੇ ਪੀਲੇ ਹੋ ਕਰਕੇ ਝੜਨੇ ਸ਼ੁਰੂ ਹੋ ਜਾਂਦੇ ਨੇ ਭਾਵੇਂ ਜਿੱਥੋਂ ਪ੍ਰਾਰੰਭਤਾ ਹੋਈ ਸੀ ਤੇ ਦੁਬਾਰਾ ਉਹਨਾਂ ਪੱਤਿਆਂ ਦੇ ਝੜਨ ਦੇ ਨਾਲ ਦਰਖਤ ਦੁਬਾਰਾ ਖਾਲੀ ਹੋ ਜਾਂਦੇ ਨੇ ਜਿਵੇਂ ਅੱਜ ਦਸੰਬਰ ਦੇ ਮਹੀਨੇ 'ਚ ਆਪਾਂ ਬਾਹਰ ਨਜ਼ਰ ਮਾਰੀਏ ਤੇ ਤਕਰੀਬਨ ਤਕਰੀਬਨ ਸਾਰੇ ਦੇ ਸਾਰੇ ਰੁੱਖ ਆਪਾਂ ਨੂੰ ਉਹ ਪੱਤਿਆਂ ਤੋਂ ਬਗੈਰ ਨਜ਼ਰ ਆਉਣਗੇ ਇਸੇ ਪ੍ਰਕਾਰ ਜਲ ਸੰਸਾਰ ਦੇ ਅੰਦਰ ਮਨੁੱਖ ਦੇ ਜੀਵਨ ਵਾਸਤੇ ਸਭ ਤੋਂ ਵੱਡਾ ਸੋਮਾ ਹੈ ਜਲ ਦੇ ਬਿਨਾਂ ਜੀਵਨ ਸੰਭਵ ਨਹੀਂ ਹੈ ਸੋ ਕੁਦਰਤ ਦਾ ਇਹ ਨਿਜਮ ਸੀ ਕਿ ਅੱਜ ਮੌਜੂਦਾ ਸਮੇਂ ਦੇ ਅੰਦਰ ਤਰੱਕੀ ਬਹੁਤੀ ਹੋ ਗਈ ਪਰ ਪਹਿਲਾਂ بارش ਦੇ ਆਧਾਰ ਦੇ ਉੱਪਰ ਕੁਦਰਤ ਦੇ ਉੱਪਰ ਮਨੁੱਖ ਨਿਰਪਰ ਕਰਦਾ ਸੀ ਤੇ ਖਾਸ ਤੌਰ ਦੇ ਉੱਪਰ ਸਰਦੀਆਂ ਦੇ ਵਿੱਚ ਜਦੋਂ ਪਹਾੜਾਂ ਤੇ ਬਰਫ਼ ਜੰਮ ਜਾਂਦੀ ਤੇ ਪਾਣੀ ਦੇ ਸੋਮੇ ਸੁੱਕ ਜਾਂਦੇ ਨਦੀਆਂ ਨਾਲਿਆਂ ਵਿੱਚ ਕੋਈ ਵੀ ਜਲ ਨਹੀਂ ਸੀ ਆਉਂਦਾ ਤੇ ਮਾਰਚ ਦੇ ਮਹੀਨੇ ਤੋਂ ਬਾਅਦ ਜਦੋਂ ਪਹਿਲੀ ਵਾਰਾ ਸੂਰਜ ਦੀਆਂ ਕਿਰਨਾਂ ਪੈਂਦੀਆਂ ਸੀ ਉਹ ਬਰਫ਼ ਪਿਗਲਣੀ ਸ਼ੁਰੂ ਹੁੰਦੀ ਸੀ ਤੇ ਜਲ ਦੇ ਸੂਮੇ ਦੁਬਾਰਾ ਸੁਰਜੀਤ ਹੁੰਦੇ ਸੀ ਤੇ ਮੰਨਿਆ ਜਾਂਦਾ ਸੀ ਕਿ ਹੁਣ ਨਵਾਂ ਜਲ ਆਇਆ ਨਵਾਂ ਪਾਣੀ ਆਇਆ ਦਾ ਸਰਕਲ ਆਫ ਨੇਚਰ ਕੰਪਲੀਟ ਹੋਇਆ ਕਿ ਪਹਿਲਾਂ ਜਲ ਚੱਲਦਾ ਸੀ ਹੌਲੀ-ਹੌਲੀ ਚੱਲਦਿਆਂ ਬਰਫ਼ਾਂ ਦੇ ਰੂਪ ਦੇ ਵਿੱਚ ਬਦਲ ਕਰਕੇ ਖੜ ਗਿਆ ਤੇ ਦੁਬਾਰਾ ਜਦੋਂ ਫਿਰ ਸਾਲ ਦੀ ਪ੍ਰਾਰੰਭਤਾ ਹੋਈ ਹੈ ਤੇ ਜਲ ਦੇ ਸੂਮੇ ਦੁਬਾਰਾ ਫੁੱਟੇ ਨੇ ਇਸੇ ਪ੍ਰਕਾਰ ਪਸ਼ੂ ਪੰਛੀਆਂ ਦੇ ਜੀਵਨ ਵਿੱਚ ਚਾਤ ਮਾਰੀਏ ਤੇ ਸਰਦੀਆਂ ਦਾ ਮੌਸਮ ਜਿਹੜਾ ਹੁੰਦਾ ਭਾਈ ਉਹ ਪ੍ਰਜਨਨ ਦੇ ਸਮੇਂ ਵਾਸਤੇ ਇਹਨਾਂ ਨੇਚਰ ਨੇ ਇਹਨਾਂ ਨੂੰ ਇਸ ਤਰੀਕੇ ਨਾਲ ਘੜਿਆ ਹੈ ਕਿ ਬਹਤਾਤ ਦੇ ਰੂਪ ਦੇ ਵਿੱਚ ਪਸ਼ੂ ਅਤੇ ਪੰਛੀ ਜਿਹੜੇ ਨੇ ਉਹ ਗਰਭ ਧਾਰਨ ਕਰਦੇ ਨੇ ਸਰਦੀ ਦੇ ਮੌਸਮ ਦੇ ਵਿੱਚ ਫਰਵਰੀ ਦੇ ਐਂਡ ਦੇ ਉੱਪਰ ਜਾ ਕਰਕੇ ਜਾਂ ਮਾਰਚ ਦੇ ਮਹੀਨੇ ਦੇ ਅੰਦਰ ਜਾ ਕਰਕੇ ਪੰਛੀਆਂ ਵੱਲੋਂ ਅੰਡੇ ਦੇਣੇ ਬੱਚੇ ਦੇਣੇ ਜਾਂ ਪਸ਼ੂਆਂ ਵੱਲੋਂ ਬੱਚੇ ਦੇਣੇ ਭਾਵ ਪ੍ਰਜਨਨ ਦੀ ਕਿਰਿਆ ਉਹ ਸ਼ੁਰੂ ਹੁੰਦੀ ਹੈ ਸੰਸਾਰ ਦੇ ਉੱਪਰ ਨਵਾਂ ਜੀਵਨ ਆਉਂਦਾ ਹੈ ਜਿਹੜਾ ਇੱਕ ਕੁਦਰਤ ਨੇ ਟਾਈਮ ਨਿਯਤ ਕੀਤਾ ਹੋਇਆ ਹੈ ਉਹਨਾਂ ਵਾਸਤੇ ਤੇ ਮਨੁੱਖ ਦਾ ਤੇ ਸੰਗਤ ਜੀ ਕੋਈ ਸਮਾਂ ਹੈ ਹੀ ਨਹੀਂ ਜੇ ਅਸੀਂ ਦੇਖੀਏ ਕਿ ਪਸ਼ੂ ਪੰਛੀ ਵੀ ਆਪਣੀ ਸੀਮਾ ਦੇ ਵਿੱਚ ਨੇ ਪਰ ਮਨੁੱਖ ਤਾਂ ਇਹਨਾਂ ਸਾਰਿਆਂ ਬੰਧਨਾਂ ਨੂੰ ਤੋੜ ਚੁੱਕਾ ਇਹ ਮੇਰਾ ਵਿਸ਼ਾ ਨਹੀਂ ਹੈ ਸੋ ਇਸੇ ਪ੍ਰਕਾਰ ਪ੍ਰਜਨਨ ਦੀ ਕਿਰਿਆ ਜਲ ਦੀ ਪ੍ਰਕਿਰਿਆ ਮੌਸਮ ਦੀ ਪ੍ਰਕਿਰਿਆ ਇਹ ਸਾਰੇ ਦਾ ਸਾਰਾ ਸਰਕਲ ਜਦੋਂ ਕੰਪਲੀਟ ਹੁੰਦਾ ਤੇ ਫਿਰ ਜਾ ਕਰਕੇ ਨਵਾਂ ਸਾਲ ਪ੍ਰਾਰambh ਹੁੰਦਾ ਤੇ ਜਿਹੜੇ 10 ਮਹੀਨੇ ਮੰਨੇ ਗਏ ਸਨ ਉਨ੍ਹਾਂ ਦੇ ਵਿੱਚ ਜਿਵੇਂ ਅੱਜਕੱਲ ਦੇ ਦਿਨਾਂ ਵਿੱਚ ਆਪਾਂ ਕਹਿੰਨੇ ਵੀ ਸਰਦੀ ਦੇ ਵਿੱਚ ਰਾਤਾਂ ਲੰਬੀਆਂ ਹੋ ਜਾਂਦੀਆਂ ਤੇ ਦਿਨ ਛੋਟੇ ਹੋ ਜਾਂਦੇ ਗਰਮੀ ਦੇ ਮੌਸਮ ਦੇ ਵਿੱਚ ਦਿਨ ਵੱਧ ਜਾਂਦੇ ਤੇ ਰਾਤਾਂ ਛੋਟੀਆਂ ਹੋ ਜਾਂਦੀਆਂ ਭਾਵ ਪ੍ਰਕਾਸ਼ ਦਾ ਤੇ ਹਨੇਰੇ ਦਾ ਕਿ ਕਿੰਨੇ ਵਜੇ ਸੂਰਜ ਚੜ੍ਹੇਗਾ ਤੇ ਕਿੰਨੇ ਵਜੇ ਸੂਰਜ ਡੁੱਬ ਜਾਣਾ ਉਸ ਸਮੇਂ ਦਾ ਜਿਹੜਾ ਹੈ ਉਹ ਬਹੁਤ ਵੱਡਾ ਫਰਕ ਪੈ ਜਾਂਦਾ ਕਿ ਹਨੇਰਾ ਜ਼ਿਆਦਾ ਹੋ ਜਾਂਦਾ ਰੌਸ਼ਨੀ ਘਟ ਜਾਂਦੀ ਤੇ ਗਰਮੀ ਦੇ ਵੇਲੇ ਰੌਸ਼ਨੀ ਵੱਧ ਜਾਂਦੀ ਹਨੇਰਾ ਘੱਟ ਹੋ ਜਾਂਦਾ ਬਰਸਾਲ ਦੇ ਵਿੱਚ ਜਾ ਕਰਕੇ ਇੱਕ ਦਿਨ ਐਸਾ ਆਉਂਦਾ ਹੈ ਜਦੋਂ ਸੂਰਜ ਦੀ ਰੋਸ਼ਨੀ ਤੇ ਰਾਤ ਦਾ ਹਨੇਰਾ ਬਰਾਬਰ ਨੇ ਬਿਲਕੁਲ ਉਨਾ ਹੀ ਸਮਾਂ ਦਿਨ ਤੇ ਉਨਾ ਹੀ ਸਮਾਂ ਰਾਤ ਤੇ ਉਸ ਦਿਨ ਤੋਂ ਅਗਲੇ ਦਿਨ ਨੂੰ ਜਿਹੜਾ ਨਵਾਂ ਸਾਲ ਮੰਨਿਆ ਜਾਂਦਾ ਸੀ ਪੁਰਾਤਨ ਵਿਗਿਆਨੀਆਂ ਦੁਆਰਾ ਜਾਂ ਸੂਝਵਾਨ ਲੋਕਾਂ ਦੁਆਰਾ ਕਿ ਅੱਜ ਦਾ ਦਿਨ ਤੇ ਰਾਤ ਬਰਾਬਰ ਨੇ ਤੇ ਇਸ ਤੋਂ ਬਾਅਦ ਜਿਹੜਾ ਉਹ ਨਵਾਂ ਦਿਨ ਪ੍ਰਾਰੰਭ ਹੋਣਾ ਤੇ ਉਹਦੇ ਵਿੱਚ ਪਹਿਲਾ ਦਿਨ ਵੱਡੇ ਹੋਣਗੇ ਰਾਤਾਂ ਛੋਟੀਆਂ ਹੁੰਦੀਆਂ ਜਾਣਗੀਆਂ ਫਿਰ ਰਾਤਾਂ ਵੱਡੀਆਂ ਹੁੰਦੀਆਂ ਜਾਣਗੀਆਂ ਤੇ ਦਿਨ ਛੋਟੇ ਹੁੰਦੇ ਜਾਣਗੇ ਤੇ ਇੱਕ ਦਿਨ ਐਸਾ ਆਉਂਦਾ ਮਾਰਚ ਦੇ ਮਹੀਨੇ ਦੇ ਅੰਦਰ ਜਾ ਕਰਕੇ ਜਦੋਂ ਦਿਨ ਤੇ ਰਾਤ ਦਾ ਸਮਾਂ ਬਿਲਕੁਲ ਬਰਾਬਰ ਹੋ ਜਾਂਦਾ ਸੋ ਜਦੋਂ ਸੰਗਤ ਜੀ ਇਹ ਕੈਲੰਡਰ ਤਿਆਰ ਕੀਤਾ ਗਿਆ ਤੇ ਇਸ ਕੈਲੰਡਰ ਦੇ ਮੁਤਾਬਕ ਦਿਨਾਂ ਦੀ ਵੰਡ ਪੂਰਨ ਨਹੀਂ ਸੀ ਆ ਰਹੀ ਸਮੇਂ ਦੀ ਵੰਡ ਪੂਰਨ ਨਹੀਂ ਸੀ ਆ ਰਹੀ ਕੁਦਰਤ ਦਾ ਸਰਕਲ ਕੰਪਲੀਟ ਨਹੀਂ ਸੀ ਹੋ ਰਿਹਾ ਤੇ ਸੰਸਾਰ ਦੇ ਅੰਦਰ ਕੰਮ ਕਾਜ ਕਰਨ ਵਾਸਤੇ ਧੰਦੇ ਚਲਾਉਣ ਵਾਸਤੇ ਜਿਹੜਾ ਉਸ ਸਮੇਂ ਦਾ ਮਾਪਦੰਡ ਪੂਰਾ ਨਹੀਂ ਸੀ ਉਤਰਦਾ ਸਮਾਂ ਪਾ ਕਰਕੇ ਉਸੇ ਹੀ ਰੋਮ ਦਾ ਰਹਿਣ ਵਾਲਾ ਜੂਲੀਅਸ ਸੀਜ਼ਰ ਨਾਮ ਦਾ ਇੰਪਰਾ ਹੋਇਆ ਏ ਇੱਕ ਬਾਦਸ਼ਾਹ ਹੋਇਆ ਏ ਜਿਸ ਨੇ ਇਸ ਗੱਲ ਨੂੰ ਦੇਖਿਆ ਪਰਖਿਆ ਤੇ ਆਪਣੇ ਨਜੂਮੀਆਂ ਦੇ ਦੁਆਰਾ ਜਿਹੜੇ ਤਾਰਿਆਂ ਦੀ ਭਾਸ਼ਾ ਜਾਣਦੇ ਸੀ ਉਹਨਾਂ ਨਾਲ ਮਿਲ ਕਰਕੇ ਇਸ ਕੈਲੰਡਰ ਦੀ ਸੋਧ ਕੀਤੀ ਤੇ ਇਹ ਜੂਲੀਅਸ ਸੀਜ਼ਰ ਮੁਹੰਮਦ ਈਸਾ ਜੀ ਤੋਂ ਤਕਰੀਬਨ 46 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇਹ ਦੁਬਾਰਾ ਕੈਲੰਡਰ ਦੀ ਸੋਧ ਕਰਦਾ ਹੈ 46 BC ਬਿਫੋਰ ਕ੍ਰਾਈਸ ਤੇ ਇਸ ਨੇ ਉਸ ਕੈਲੰਡਰ ਦੀ ਸੋਧ ਕਰਵਾਈ ਤੇ ਉਸ ਕੈਲੰਡਰ ਦੇ ਵਿੱਚ 10 ਮਹੀਨਿਆਂ ਦੇ ਨਾਲ 2 ਮਹੀਨੇ ਹੋਰ ਜੋੜ ਕਰਕੇ ਉਸ ਨੂੰ 12 ਮਹੀਨੇ ਬਣਾਇਆ ਗਿਆ ਕਿ 10 ਮਹੀਨਿਆਂ ਦਾ ਸਾਲ ਮੁਕੰਮਲ ਨਹੀਂ ਹੁੰਦਾ ਇਸ ਨੂੰ 12 ਮਹੀਨੇ ਕੀਤਾ ਜਾਵੇ ਤਾਂ ਜਾ ਕਰਕੇ ਮੌਸਮ ਦੀ ਤੇ ਦਿਨਾਂ ਦੀ ਗਿਣਤੀ ਮਿਲਤੀ ਬਰਾਬਰ ਆਵੇਗੀ ਸਮੇਂ ਦੀ ਗਿਣਤੀ ਬਰਾਬਰ ਆਵੇਗੀ ਤੇ ਹੁਣ ਜਦੋਂ ਸੰਗਤ ਜੀ 2 ਮਹੀਨੇ ਵਿੱਚ ਜੋੜੇ ਗਏ ਤੇ ਉਹਦੇ ਵਿੱਚੋਂ 1 ਮਹੀਨਾ ਸੀਗਾ ਜੁਲਾਈ ਦਾ ਜਿਹੜਾ ਜੂਲੀਅਸ ਸੀਜ਼ਰ ਦੇ ਨਾਮ ਦੇ ਉੱਪਰ ਜੋੜਿਆ ਗਿਆ ਤੇ ਉਸ ਤੋਂ ਬਾਅਦ ਅਗਲਾ ਐਮਪਰਾ ਹੋਇਆ ਅਗਸਟਸ ਤੇ ਅਗਸਟ ਦਾ ਮਹੀਨਾ ਉਹਦੇ ਨਾਮ ਦੇ ਵਿੱਚ ਇਸ ਕੈਲੰਡਰ ਦੇ ਵਿੱਚ ਜੋੜਿਆ ਗਿਆ ਸੋ ਪਹਿਲੇ 10 ਮਹੀਨਿਆਂ ਦੇ ਕੈਲੰਡਰ ਦੇ ਵਿੱਚ ਜੁਲਾਈ ਅਤੇ ਅਗਸਟ ਦੇ ਮਹੀਨੇ ਨਹੀਂ ਸਨ ਜੂਲੀਅਸ ਦੇ ਨਾਮ ਤੋਂ ਜੁਲਾਈ ਤੇ ਅਗਸਟਸ ਦੇ ਨਾਮ ਤੋਂ ਅਗਸਟ ਦਾ ਮਹੀਨਾ ਜੋੜ ਕਰਕੇ 10 ਮਹੀਨੇ ਤੋਂ 12 ਮਹੀਨੇ ਦਾ ਕੈਲੰਡਰ ਬਣਾ ਦਿੱਤਾ ਗਿਆ ਤੇ ਜਿਹਦੇ ਵਿੱਚ ਦਿਨਾਂ ਦਾ ਵੀ ਵਾਧਾ ਕੀਤਾ ਗਿਆ ਤੇ ਜੂਲੀਅਸ ਸੀਜ਼ਰ ਨੇ ਹੀ ਇਹ ਐਲਾਨ ਕੀਤਾ ਕਿ ਜਨਵਰੀ ਦਾ ਮਹੀਨਾ ਸਾਲ ਦਾ ਪਹਿਲਾ ਮਹੀਨਾ ਹੋਇਆ ਕਰੇਗਾ ਤੇ ਇਹਦੇ ਤੋਂ ਨਵੇਂ ਸਾਲ ਦੀ ਪ੍ਰਾਰੰਭਤਾ ਹੋਵੇਗੀ ਹੁਣ ਆਪ ਜੀ ਦਾ ਧਿਆਨ ਮੈਂ ਥੋੜਾ ਜਿਹਾ ਦਵਾ ਦਿਆਂ ਕਿ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਇਹ ਮਹੀਨਿਆਂ ਦੇ ਨਾਮ ਨੇ ਤੇ ਕਦੇ ਕਿਸੇ ਨੇ ਸ਼ਾਇਦ ਇਸ ਗੱਲ ਤੇ ਵਿਚਾਰ ਕੀਤੀ ਹੋਵੇ ਕਿ ਭਾਈ ਇਹ ਮਹੀਨਿਆਂ ਦੇ ਨਾਮ ਕਿੱਥੋਂ ਆਏ ਇਹਨਾਂ ਦਾ ਮਤਲਬ ਕੀ ਹੈ ਕਿਸ ਨੇ ਇਹ ਨਾਮ ਰੱਖੇ ਤੇ ਇਹਨਾਂ ਦੇ ਪਿੱਛੇ ਦੀ ਕਹਾਣੀ ਕੀ ਹੈ ਹੁਣ ਇਸ ਗੱਲ ਨੂੰ ਸਮਝਣਾ ਹੋਵੇ ਤੇ ਸਭ ਤੋਂ ਪਹਿਲਾਂ ਇਤਿਹਾਸ ਵਿੱਚ ਇਹ ਗੱਲ ਕਰਦੇ ਹਾਂ ਕਿ ਜੂਲੀਅਸ ਸੀਜ਼ਰ ਨੇ ਜੋ ਜਨਵਰੀ ਦੇ ਮਹੀਨੇ ਦਾ ਨਾਮ ਸਾਲ ਦਾ ਪਹਿਲਾ ਮਹੀਨਾ ਰੱਖਿਆ ਸੋ ਅੱਜ ਵੀ ਰੋਮਨ ਲੋਕਾਂ ਦੇ ਵਿੱਚ ਉਹਨਾਂ ਦਾ ਪੂਜਿਆ ਜਾਣ ਵਾਲਾ ਦੇਵਤਾ ਹੈ ਜੂਨਸ ਜਿਹਦੇ ਉਹ ਦੋ ਮੂੰਹ ਮੰਨਦੇ ਨੇ ਕਿ ਭਾਈ ਉਹਦੇ ਦੋ ਸਿਰ ਨੇ ਬੈਕ ਤੇ ਫਰੰਟ ਫਿਊਚਰ ਅਤੇ ਪਾਸਟ ਕਿ ਐਸਾ ਦੇਵਤਾ ਜਿਹੜਾ ਪਿਛਲੇ ਬੀਤੇ ਹੋਏ ਸਮੇਂ ਨੂੰ ਦੇਖ ਸਕਦਾ ਤੇ ਆਉਣ ਵਾਲੇ ਸਮੇਂ ਨੂੰ ਵੀ ਜਾਣਦਾ ਉਹਦੇ ਨਾਮ ਦੇ ਆਧਾਰ ਦੇ ਉੱਪਰ ਜੂਨਸ ਦੇ ਨਾਮ ਦੇ ਉੱਪਰੋਂ ਜਨਵਰੀ ਦੇ ਮਹੀਨੇ ਦਾ ਨਾਮ ਰੱਖਿਆ ਗਿਆ ਤੇ ਉਹ ਲੋਕ ਅੱਜ ਵੀ ਉਸ ਆਪਣੇ ਦੇਵਤੇ ਨੂੰ ਪੂਜਦੇ ਆ ਹੋયા ਜਨਵਰੀ ਪਹਿਲੀ ਨੂੰ ਉਹਦੀ ਮੰਨਤਾ ਕਰਦੇ ਨੇ ਜਦ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾ ਕਰਕੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਲੱਗਿਆਂ ਕੋਈ ਭੇਟਾ ਰੱਖੀਦੀ ਆ ਤੇ ਆਫਰਿੰਗ ਦੇ ਰੂਪ ਦੇ ਵਿੱਚ ਉਸ ਦੇ ਅੱਗੇ ਭੇਟਾਵਾਂ ਰੱਖਦੇ ਨੇ ਤੇ ਸੈਕਰੀਫਾਈਸ ਜਿਵੇਂ ਬਲੀ ਦੇਣੀ ਕਿਹਾ ਜਾਂਦਾ ਹੈ ਕਿ ਬਲੀ ਦੇ ਰੂਪ ਦੇ ਵਿੱਚ ਉਸ ਦੇਵਤੇ ਨੂੰ ਖੁਸ਼ ਕਰਨ ਵਾਸਤੇ ਆਫਰਿੰਗ ਐਂਡ ਸੈਕਰੀਫਾਈਸ ਉਹ ਲੋਕ ਕਰਦੇ ਨੇ ਸੋ ਉਸ ਸਮੇਂ ਤੋਂ ਲੈ ਕਰਕੇ ਮੌਜੂਦਾ ਸਮੇਂ ਤੱਕ ਇਸ ਟ੍ਰੈਡੀਸ਼ਨ ਨੇ ਰੂਪ ਕੀ ਬਦਲਿਆ ਕਿ ਜਨਵਰੀ ਮਹੀਨੇ ਦੇ ਅੰਦਰ ਆਫਰਿੰਗ ਗਿਫਟਾਂ ਦਾ ਰੂਪ ਧਾਰਨ ਕਰ ਗਈ ਕਿ ਲੋਕਾਂ ਨੂੰ ਤੋਹਫੇ ਦੇਣੇ ਪ੍ਰੈਜੈਂਟ ਦੇਣੇ ਤੇ ਜਿਹੜਾ ਸੈਕਰੀਫਾਈਸ ਸੀ ਬਲੀ ਦੇਣੀ ਸੀ ਉਸ ਨੇ ਨਿਊ ਇਅਰ ਰੈਜ਼ੋਲੂਸ਼ਨ ਦਾ ਰੂਪ ਧਾਰਨ ਕਰ ਲਿਆ ਕਿ ਨਵੇਂ ਸਾਲ ਦੇ ਅੰਦਰ ਅਸੀਂ ਕੁਝ ਮਾੜੀਆਂ ਆਦਤਾਂ ਛੱਡ ਕੇ ਤੇ ਚੰਗੀਆਂ ਆਦਤਾਂ ਅਪਣਾਉਣੀਆਂ ਨੇ ਜਿਵੇਂ ਅੱਜ ਪੜ੍ਹੇ ਲਿਖੇ ਲੋਕ ਕਹਿੰਦੇ ਵੀ ਨਿਊ ਇਅਰ ਰੈਜ਼ੋਲੂਸ਼ਨ ਮੇਰਾ ਇਹ ਹੋਵੇਗਾ ਕਿ ਮੈਂ ਭਾਈ ਫਲਾਨੀ ਵਸਤੂ ਖਾਣੀ ਪੀਣੀ ਛੱਡ ਦੇਣੀ ਮੈਂ ਜਿਮ ਜੋਇਨ ਕਰ ਲੈਣਾ ਕਸਰਤ ਕਰਿਆ ਕਰਨੀ ਜਾਂ ਮੈਂ ਇਹ ਕੰਮ ਅੱਗੇ ਕਰਦਾ ਰਿਹਾ ਪਰ ਹੁਣ ਨਵੇਂ ਸਾਲ 'ਚ ਇਹ ਚੀਜ਼ ਮੈਂ ਛੱਡ ਦੇਣੀ। ਭਾਵ ਆਪਣੇ ਆਪ ਵੱਲੋਂ ਮਾੜੀ ਚੀਜ਼ ਦਾ ਤਿਆਗ ਕਰਕੇ ਤੇ ਕੋਈ ਚੰਗੀ ਚੀਜ਼ ਅਪਣਾ ਲੈਣੀ। ਸੋ ਇਹ ਇੱਕ ਧਰਮ ਨਾਲ ਰਿਲੇਟਿਡ ਜਿਹੜੀ ਹੈ ਪ੍ਰਕਿਰਿਆ ਸੀ ਜਿਹਨੂੰ ਕਿ ਰੋਮਨ ਲੋਕ ਅੱਜ ਵੀ ਮੰਨਤਾ ਦਿੰਦੇ ਨੇ ਤੇ ਪੂਰਾ ਸੰਸਾਰ ਅੱਜ ਉਹਨਾਂ ਦੇ ਪ੍ਰਭਾਵ ਅਧੀਨ ਆ ਕਰਕੇ ਗਿਫਟ ਦੇਣ ਤੇ ਤੇ ਰੈਜ਼ੋਲੂਸ਼ਨ ਬਣਾਉਣ ਦੇ ਪਾਸੇ ਵੱਲ ਚੱਲਿਆ ਹੋਇਆ। ਸੋ ਜਨਵਰੀ ਮਹੀਨੇ ਦਾ ਨਾਮ ਜੋਨਸ ਦੇ ਨਾਮ ਤੋਂ ਰੱਖਿਆ ਗਿਆ ਜਿਹੜਾ ਉੰਪੀਤੇ ਹੋਏ ਸਮੇਂ ਦਾ ਤੇ ਆਉਣ ਵਾਲੇ ਸਮੇਂ ਦਾ ਦੇਵਤਾ ਹੈ 크੍ਰਿਸਚੀਅਨ ਮਤ ਦੇ ਅਨੁਸਾਰ ਈਸਾਈ ਮਤ ਦੇ ਅਨੁਸਾਰ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਤੇ ਪਤਾ ਲੱਗਦਾ ਹੈ ਕਿ ਫਰਵਰੀ ਦਾ ਮਹੀਨਾ ਫਰਵਰੀ ਦਾ ਮਹੀਨਾ ਗੁਰੂ ਪਿਆਰਿਓ ਦਾ ਫੈਸਟੀਵਲ ਆਫ ਪਿਉਰੀਫਿਕੇਸ਼ਨ ਦਾ ਫੈਬਰੂਆ ਦੇ ਦੇ ਨਾਮ ਦੇ ਥੱਲੇ ਇਹ ਮਹੀਨੇ ਦਾ ਨਾਮ ਰੱਖਿਆ ਗਿਆ ਕਿ ਪਵਿੱਤਰ ਕਰਨਾ ਮਾੜੀਆਂ ਆਦਤਾਂ ਨੂੰ ਛੱਡ ਕਰਕੇ ਕਿਸੇ ਨੂੰ ਪਿਓਰ ਕਰ ਦੇਣਾ ਇੱਕ ਤਿਉਹਾਰ ਮਨਾਇਆ ਜਾਂਦਾ ਰੋਮਨ ਲੋਕਾਂ ਦੇ ਵਿੱਚ ਉਸ ਤਿਉਹਾਰ ਦੇ ਨਾਮ ਦੇ ਉੱਪਰ ਉਸ ਦੇਵਤੇ ਨੂੰ ਖੁਸ਼ ਕਰਨ ਵਾਸਤੇ ਫਰਵਰੀ ਮਹੀਨੇ ਦਾ ਨਾਮ ਰੱਖਿਆ ਗਿਆ ਦ ਫੈਸਟੀਵਲ ਆਫ ਫੈਬਰੂਆ ਦ ਫੈਸਟੀਵਲ ਆਫ ਪਿਉਰੀਫਿਕੇਸ਼ਨ ਜਿਹਦੇ ਤੋਂ ਫਰਵਰੀ ਮਹੀਨੇ ਦਾ ਪ੍ਰਾਰੰਭ ਕੀਤਾ ਗਿਆ ਜੂਲੀਅਸ ਸੀਜ਼ਰ ਵੱਲੋਂ ਤੀਸਰੇ ਮਹੀਨੇ ਦੀ ਆਪਾਂ ਗੱਲ ਕਰੀਏ ਮਾਰਚ ਮਾਰਚ ਦੇ ਮਹੀਨੇ ਦਾ ਨਾਮ ਰੋਮਨ ਗॉड ਮਾਰਸ ਦੇ ਨਾਮ ਦੇ ਉੱਪਰ ਰੱਖਿਆ ਗਿਆ ਜਿਵੇਂ ਹਿੰਦੂ ਮਤ ਦੇ ਵਿੱਚ ਪਾਣੀ ਦਾ ਦੇਵਤਾ ਸੂਰਜ ਨੂੰ ਦੇਵਤਾ ਅੱਗ ਨੂੰ ਦੇਵਤਾ ਧਰਤੀ ਨੂੰ ਮਾਤਾ ਭਾਵ ਬੱਖੋ ਵੱਖਰੇ ਕਾਰਜਾਂ ਵਾਸਤੇ ਵੱਖੋ ਵੱਖਰੇ ਦੇਵੀ ਦੇਵਤੇ ਬਣਾਏ ਜਾਂਦੇ ਨੇ ਪੂਜੇ ਜਾਂਦੇ ਨੇ ਇਸੇ ਪ੍ਰਕਾਰ ਰੋਮਨ ਲੋਕਾਂ ਦੇ ਅੰਦਰ ਵੀ ਇਹ ਰੀਤ ਹੈ ਕਿ ਵੱਖੋ ਵੱਖਰੇ ਕਾਰਜ ਵਾਸਤੇ ਵੱਖੋ ਵੱਖਰਾ ਦੇਵਤਾ ਮੰਨਿਆ ਗਿਆ ਤੇ ਉਹਨੂੰ ਪੂਜਾ ਕੀਤੀ ਜਾਂਦੀ ਹੈ ਸੋ ਇਸੇ ਪ੍ਰਕਾਰ ਗੁਰੂ ਪਿਆਰਿਓ ਮਾਰਚ ਦਾ ਮਹੀਨਾ ਮਾਰਸ ਦਾ ਲਾਰਡ ਆਫ ਵਾਰ ਜੰਗ ਜਿੱਤਣ ਵਾਸਤੇ ਜਿਸ ਪ੍ਰਮਾਤਮਾ ਦੀ ਪੂਜਾ ਕੀਤੀ ਜਾਂਦੀ ਜਿਵੇਂ ਸਨਾਤਨ ਵਾਤ ਦੇ ਵਿੱਚ ਕਾਲੀ ਮਾਤਾ ਨੂੰ ਪੂਜਿਆ ਜਾਂਦਾ ਕਿ ਦੁਸ਼ਟਾਂ ਦਾ ਨਾਸ਼ ਕਰਦੀ ਹੈ ਇਸੇ ਪ੍ਰਕਾਰ ਰੋਮਨ ਲੋਕ ਮਾਰਸ ਨੂੰ ਜੰਗ ਜਿੱਤਣ ਵਾਲਾ ਦੇਵਤਾ ਮੰਨ ਕਰਕੇ ਉਹਦੀ ਪੂਜਾ ਕਰਦੇ ਨੇ ਤੇ ਮਾਰਚ ਮਹੀਨੇ ਦਾ ਨਾਮ ਉਸ ਲਾਰਡ ਆਫ ਵਾਰ ਮਾਰਸ ਤੋਂ ਰੱਖਿਆ ਗਿਆ ਅੱਗੇ ਚੱਲਦੇ ਆਪ੍ਰੈਲ ਮਹੀਨਾ ਅਪ੍ਰੈਲ ਲੈਟਨ ਦਾ ਇੱਕ ਸ਼ਬਦ ਹੈ ਅਪ੍ਰੈਲ ਜਿਹਦੇ ਤੋਂ ਅਪ੍ਰੈਲ ਦਾ ਮਹੀਨਾ ਬਣਿਆ ਕਿ ਜਿਹਨੂੰ ਕਹਿੰਦੇ ਆ ਫੈਸਟੀਵਲ ਆਫ ਓਪਨਿੰਗ ਜਿੱਥੋਂ ਖਿੜਾਓ ਪੈਦਾ ਹੁੰਦਾ ਭਾਵ ਪ੍ਰਕਿਰਤੀ ਫੁੱਲ ਖਿੜਦੇ ਨੇ ਹਰਿਆਵਲ ਪੈਦਾ ਹੁੰਦੀ ਹੈ ਜੋ ਕੁਝ ਖਤਮ ਹੋ ਚੁੱਕਾ ਸੀ ਸਰਦੀ ਦੇ ਵਿੱਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਾ ਕਰਕੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੈਂਦੀਆਂ ਤੇ ਪ੍ਰਕਿਰਤੀ ਦੁਬਾਰਾ ਖਿੜਨਾ ਸ਼ੁਰੂ ਹੋ ਜਾਂਦੀ ਉਸ ਦੇਵਤੇ ਨੂੰ ਖੁਸ਼ ਕਰਨ ਵਾਸਤੇ April ਦਾ ਮਹੀਨਾ ਉਹਦੇ ਦੇਵਤੇ ਦੇ ਨਾਮ ਦੇ ਉੱਪਰ ਰੱਖਿਆ ਗਿਆ। April ਤੋਂ ਅੱਗੇ ਚੱਲੀਏ ਤੇ ਗੁਰੂ ਪਿਆਰਿਓ ਮਈ ਮਈ ਦਾ ਮਹੀਨਾ ਗੋੜ ਹੈ ਮਾਇਆ। ਜਿਹਨੂੰ ਮੰਨਿਆ ਜਾਂਦਾ ਕਿ ਭਾਈ ਉਸ ਗੋੜ ਦੇ ਨਾਮ ਦੇ ਉੱਪਰ ਮਈ ਮਹੀਨੇ ਦਾ ਨਾਮ ਇਹ ਧਰਿਆ ਗਿਆ। ਮਈ ਤੋਂ ਬਾਅਦ ਜੂਨ ਜੂਨ ਵੀ ਗ੍ਰੀਕ ਗॉड ਹੈ ਜੂਨਸ ਜਿਹੜਾ ਸ਼ਾਦੀ ਵਿਆਹ ਦਾ ਤੇ ਬੱਚਿਆਂ ਦਾ ਮੈਰਿਜ ਐਂਡ ਚਿਲड्रन ਗॉड ਮੰਨਿਆ ਜਾਂਦਾ ਕਿ ਜੇ ਸ਼ਾਦੀ ਵਿਆਹ ਕਰਨੀ ਹੈ ਘਰ ਪਰਿਵਾਰ ਅੰਦਰ ਸੰਤਾਨ ਦੀ ਲੋੜ ਹੈ ਤੇ ਉਸ ਦੇਵਤੇ ਦੀ ਪੂਜਾ ਕੀਤੀ ਜਾਂਦੀ ਵੀ ਸਾਡਾ ਵਿਆਹ ਹੋ ਜਾਏ ਸਾਡੇ ਘਰ ਔਲਾਦ ਹੋ ਜਾਏ ਉਸ ਦੇਵਤੇ ਨੂੰ ਖੁਸ਼ ਕਰਨ ਵਾਸਤੇ ਦ ਲਾਰਡ ਆਫ ਮੈਰਿਜ ਐਂਡ ਚਿਲड्रन ਜੂਨੋ ਉਹਦੇ ਨਾਮ ਦੇ ਉੱਪਰ ਜੂਨ ਮਹੀਨੇ ਦਾ ਨਾਮ ਹੈ ਉਰ ਰੱਖਿਆ ਗਿਆ ਤੇ ਜੇਕਰ ਆਪਾਂ ਜਨਵਰੀ ਤੋਂ ਲੈ ਕਰਕੇ ਜੂਨ ਮਹੀਨੇ ਤੱਕ ਦੀ ਇਹ ਸਾਰੀ ਗੱਲ ਨੂੰ ਸੋਚਦੇ ਆਂ ਤੇ ਪਰਖਦੇ ਆਂ ਤੇ ਪਤਾ ਲੱਗਦਾ ਹੈ ਕਿ ਭਾਈ ਰੋਮਨ ਲੋਕਾਂ ਵੱਲੋਂ ਆਪੋ ਆਪਣੇ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਨਾਮ ਦੇ ਉੱਪਰ ਇਹ ਮਹੀਨਿਆਂ ਦੇ ਨਾਮ ਰੱਖੇ ਗਏ ਜੂਨ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ ਜੁਲਾਈ ਜੂਲੀਅਸ ਸੀਜ਼ਰ ਦੇ ਨਾਮ ਦੇ ਉੱਪਰੋਂ ਜੁਲਾਈ ਦਾ ਮਹੀਨਾ ਆਗਸਟ ਆਗਸਟਿਅਸ ਦੇ ਨਾਮ ਤੋਂ ਉੱਪਰੋਂ ਲਿਆ ਕਰਕੇ ਆਗਸਟ ਦਾ ਮਹੀਨਾ ਇਹ ਦੋ ਮਹੀਨੇ ਵਿੱਚ ਐਡ ਕਰ ਦਿੱਤੇ ਗਏ ਤੇ ਉਸ ਤੋਂ ਬਾਅਦ ਸਪਟੰਬਰ ਅਕਤੂਬਰ ਨਵੰਬਰ ਤੇ ਦਸੰਬਰ ਲੈਟਨ ਬੋਲੀ ਦੇ ਵਿੱਚ ਸੈਪਟਮ, ਆਕਟੋ, ਨੋਵੇਮੋ, ਡਿਸੈਮੋ ਇਹਦਾ ਮਤਲਬ ਹੁੰਦਾ ਹੈ 7 8 9 ਤੇ 10 ਲੈਟਨ ਬੋਲੀ ਦੇ ਵਿੱਚ ਜੋ ਗਿਣਤੀ ਗਿਣੀ ਜਾਂਦੀ ਹੈ ਜਿਵੇਂ ਆਪਾਂ 7 8 9 10 ਗਿਣਦੇ ਹਾਂ 7 8 9 10 ਗਿਣਦੇ ਹਾਂ ਤੇ ਲੈਟਨ ਲੋਕ ਸੈਪਟੈਮੋ, ਆਕਟੋ, ਨੋਐਮੋ, ਡਿਸੈਮੋ 7 8 ਤੇ 9 10 ਲਾਟਿਨ ਬੋਲੀ ਦੇ ਵਿੱਚ ਇਸ ਪ੍ਰਕਾਰ ਗਿਣਦੇ ਨੇ। ਸੋ ਜੂਲੀਅਸ ਸੀਜ਼ਰ ਦੇ ਤੇ ਅਗਸਟਿਅਸ ਦੇ ਨਾਮ ਜੋੜੇ ਜਾਣ ਤੋਂ ਪਹਿਲਾਂ ਇਹਨਾਂ ਮਹੀਨਿਆਂ ਨੂੰ 7ਵਾਂ, 8ਵਾਂ, 9ਵਾਂ ਤੇ 10ਵਾਂ ਮਹੀਨਾ ਕਰਕੇ ਗਿਣਿਆ ਜਾਂਦਾ ਸੀ ਸੈਪਟਮ, ਆਕਟੋ, ਨੋਐਮੋ, ਡਿਸੈਮੋ ਤੇ ਦੋ ਮਹੀਨੇ ਵਿੱਚ ਐਡ ਕਰ ਦਿੱਤੇ ਗਏ ਤੇ ਉਹ ਗਿਣਤੀ ਅੱਜ ਵੀ 7 8 9 ਤੇ 10 ਹੈ ਪਰ 10ਵਾਂ ਮਹੀਨਾ ਜਿਹੜਾ ਦਸੰਬਰ ਹੋਇਆ ਕਰਦਾ ਸੀ ਦੋ ਮਹੀਨੇ ਵਿੱਚ ਐਡ ਕਰਨ ਦੇ ਨਾਲ ਉਹ 12ਵਾਂ ਮਹੀਨਾ ਬਣ ਗਿਆ ਤੇ ਇਸ ਪ੍ਰਕਾਰ ਜੂਲੀਅਸ ਸੀਜ਼ਰ ਨੇ ਸੂਰਜ ਕੈਲੰਡਰ ਤੋਂ ਬਦਲ ਕਰਕੇ ਚੰ드ਰਮਾ ਦੀ ਗਤੀ ਦੇ ਨਾਲ ਇਸ ਕੈਲੰਡਰ ਨੂੰ ਲੂਨਰ ਕੈਲੰਡਰ ਦੇ ਰੂਪ ਦੇ ਵਿੱਚ ਲਾਗੂ ਕੀਤਾ ਤੇ ਜਨਵਰੀ ਪਹਿਲੀ ਨੂੰ ਨਵਾਂ ਸਾਲ ਘੋਸ਼ਿਤ ਕਰ ਦਿੱਤਾ ਗਿਆ ਕਿ ਜਦੋਂ ਇਹ ਸਾਲ ਦਾ ਪ੍ਰਾਰੰਭ ਹੋਵੇਗਾ ਸੋ ਪ੍ਰਮਾਤਮਾ ਵੱਲੋਂ ਬਣਾਏ ਗਏ ਦਿਨ ਨਹੀਂ ਸਨ ਪ੍ਰਮਾਤਮਾ ਵੱਲੋਂ ਬਣਾਇਆ ਗਿਆ ਇਹ ਸਾਲ ਨਹੀਂ ਸੀ ਜਿਹਾ ਆਕਾਲ ਪੁਰਖ ਵੱਲੋਂ ਦਿੱਤਾ ਗਿਆ ਸੁਨੇਹਾ ਨਹੀਂ ਸੀ ਇੱਕ ਐਮਪਾਇਰ ਇੱਕ ਬਾਦਸ਼ਾਹ ਵੱਲੋਂ ਇਹ ਤਰਤੀਬ ਦਿੱਤੀ ਗਈ ਸੀ ਤੇ ਜਿਸ ਦੀ માનਤਾ ਪੂਰੇ ਯੂਰਪ ਦੇ ਵਿੱਚ ਵੀ ਨਹੀਂ ਸੀ ਕੀਤੀ ਜਾਂਦੀ ਜਿੱਥੇ-ਜਿੱਥੇ ਤੱਕ ਉਹਦਾ ਰਾਜ ਸੀ ਜਿੱਥੇ-ਜਿੱਥੇ ਤੱਕ ਰੋਮਨ ਲੋਕਾਂ ਨੇ ਆਪਣੀ ਪਹਿਚਾਣ ਛੱਡੀ ਉੱਥੋਂ-ਉੱਥੋਂ ਤੱਕ ਲੋਕਾਂ ਨੇ ਇਸ ਪਹਿਲੀ ਜਨਵਰੀ ਨੂੰ ਨਵੇਂ ਸਾਲ ਦੇ ਰੂਪ ਦੇ ਵਿੱਚ ਅਪਣਾਇਆ ਸਮਾਂ ਬਦਲਦਾ ਗਿਆ ਸਮੇਂ ਦੇ ਨਾਲ ਕੈਲੰਡਰ ਦੀ ਤਰਤੀਬ ਬਦਲਦੀ ਗਈ ਤੇ ਜੇਕਰ ਆਪਾਂ ਦੇਖਦੇ ਹਾਂ ਕਿ 1582 ਦੇ ਵਿੱਚ ਜੂਲੀਅਸ ਸੀਜ਼ਰ ਵੱਲੋਂ ਇਸ ਕੈਲੰਡਰ ਦੀ ਦੁਬਾਰਾ ਸੋਧ ਕਰਕੇ 12 ਮਹੀਨਿਆਂ ਦਾ ਸਾਲ ਬਣਾ ਕਰਕੇ ਤੇ ਜਨਵਰੀ ਪਹਿਲੀ ਨੂੰ ਨਵਾਂ ਸਾਲ ਬਣਾਇਆ ਗਿਆ ਉਸ ਤੋਂ ਅੱਗੇ ਸਮਾਂ ਬਦਲਿਆ ਤੇ 1752 ਦੇ ਵਿੱਚ ਆ ਕਰਕੇ ਪੋਪ ਗੈਗੋਰੀ ਨੇ ਇਸ ਕੈਲੰਡਰ ਨੂੰ ਤੀਜੀ ਵਾਰ ਫਿਰ ਸੁਧਾਰਿਆ ਦਿਨਾਂ ਦੀ ਗਿਣਤੀ ਮਹੀਨਿਆਂ ਦੀ ਗਿਣਤੀ ਨੂੰ ਦੁਬਾਰਾ ਸੁਧਾਰਿਆ ਜਿਹਦੇ ਵਿੱਚ ਮਹੀਨਿਆਂ ਦੇ ਨਾਮ ਨਹੀਂ ਬਦਲੇ ਗਏ ਪਰ ਇਹਦੇ ਵਿੱਚ 13 ਦਿਨ ਹੋਰ ਜੋੜ ਦਿੱਤੇ ਗਏ ਇਹਨਾਂ ਮਹੀਨਿਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਤੇ ਸਾਲ ਦੇ 365 ਦਿਨ ਬਣਾ ਦਿੱਤੇ ਗਏ ਤੇ ਪੋਪ ਗੈਗੋਰੀ ਦੇ ਨਾਮ ਦੇ ਉੱਪਰ ਹੀ ਲੂਨਰ ਕੈਲੰਡਰ ਨੂੰ ਗੈਗੋਰੀਅਨ ਕੈਲੰਡਰ ਦੇ ਰੂਪ ਦੇ ਵਿੱਚ ਚੇਂਜ ਕਰ ਦਿੱਤਾ ਗਿਆ ਤੇ ਜਿਸ ਨੂੰ 1752 ਦੇ ਵਿੱਚ ਇੰਗਲੈਂਡ ਨੇ ਅਫੀਸ਼ੀਅਲ ਤੌਰ ਦੇ ਉੱਪਰ ਅਪਣਾ ਲਿਆ ਐਕਸੈਪਟ ਕਰ ਲਿਆ ਕਿ ਅਸੀਂ ਇਸ ਕੈਲੰਡਰ ਨੂੰ ਮੰਨਦੇ ਹਾਂ ਬਾਕੀ ਦੇਸ਼ਾਂ ਨੇ ਸਮਾਂ ਪਾ ਕਰਕੇ ਕੋਈ 2 ਸਾਲ ਪਹਿਲਾਂ ਕੋਈ 2 ਸਾਲ ਬਾਅਦ ਦੇ ਵਿੱਚ ਇਸ ਕੈਲੰਡਰ ਨੂੰ ਮਾਨਤਾ ਦਿੱਤੀ ਜਿਵੇਂ ਅੱਜ ਮੌਜੂਦਾ ਸਮੇਂ ਦੇ ਅੰਦਰ ਪੂਰੇ ਦਾ ਪੂਰਾ ਸੰਸਾਰ ਇਸ ਬਿਜ਼ਨਸ ਕੈਲੰਡਰ ਨੂੰ ਮਾਨਤਾ ਦਿੰਦਾ ਤੇ ਅਸੀਂ ਵੀ ਜਾਣੀ ਅਣਜਾਣੀ ਇਹ ਕਹਿ ਦਿੰਨੇ ਕਿ ਭਾਈ ਇਹ ਕੈਲੰਡਰ ਠੀਕ ਹੈ ਤੇ ਇਹਦੇ ਮੁਤਾਬਿਕ ਸਾਨੂੰ ਚੱਲਣਾ ਚਾਹੀਦਾ ਆਪਣੇ ਦੇਸੀ ਮਹੀਨਿਆਂ ਦਾ ਰੌਲਾ ਅਸੀਂ ਨਾ ਪਾਈਏ ਪਰ ਜਦੋਂ 1752 ਦੇ ਵਿੱਚ ਪੋਪ ਗੈ ਗੋਰੀ ਨੇ 13 ਦਿਨ ਇਸ ਕੈਲੰਡਰ ਦੇ ਵਿੱਚ ਜੋੜ ਕਰਕੇ 365 ਦਿਨ ਦਾ ਇਹ ਸਾਲ ਬਣਾ ਕਰਕੇ ਇਹ ਮਹੀਨਿਆਂ ਦੀ ਤਰਤੀਬ ਦੁਬਾਰਾ ਰੱਖੀ ਉਸ ਦਿਨ ਤੋਂ ਗੁਰੂ ਪਿਆਰਿਓ ਸਾਡੀ ਸੰਗਰਾਮ ਦਾ ਫਰਕ ਇਹਨਾਂ ਦੇ ਮਹੀਨੇ ਨਾਲੋਂ 13 ਤੇ 14 ਦਿਨ ਦਾ ਪੈਣਾ ਸ਼ੁਰੂ ਹੋ ਗਿਆ ਭਾਵ ਕਿ ਪਹਿਲਾਂ ਸਾਡੀ ਸੰਗਰਾਮ ਦੇਸੀ ਮਹੀਨਿਆਂ ਦੇ ਮੁਤਾਬਕ ਇਸ ਕੈਲੰਡਰ ਦੇ ਨਾਲ-ਨਾਲ ਚੱਲਦੀ ਸੀ ਜਾਂ ਇਹ ਕਹਿ ਲਓ ਕਿ ਇਹ ਕੈਲੰਡਰ ਸਾਡੇ ਮਹੀਨਿਆਂ ਦੇ ਨਾਲ-ਨਾਲ ਚੱਲਦਾ ਸੀ ਪਰ ਜਦੋਂ ਇਹਨਾਂ ਨੇ 13 ਦਿਨ ਦਾ ਵਿੱਚ ਵਾਅਦਾ ਕਰ ਦਿੱਤਾ ਤੇ ਉਦਾਹਰਨ ਦੇ ਤੌਰ ਦੇ ਉੱਪਰ ਜਿਵੇਂ ਅੱਜ ਪਹਿਲੀ ਤਰੀਕ ਹੈ ਤੇ ਆਪਾਂ ਸਿੱਧਾ ਹੀ 13 ਦਿਨ ਇਹਦੇ ਵਿੱਚ ਜੋੜ ਦਈਏ ਤੇ ਕੱਲ ਨੂੰ ਫਿਰ 2 ਤਰੀਕ ਦੀ ਜਗ੍ਹਾ ਦੇ ਉੱਪਰ 14 ਤਰੀਕ ਹੋ ਜਾਏਗੀ ਇਸੇ ਪ੍ਰਕਾਰ ਜਦੋਂ 13 ਦਿਨ ਦਾ ਵਾਅਦਾ ਕਰਕੇ ਇਹਨਾਂ ਨੇ ਸਿੱਧਾ ਜੰਪ ਮਾਰਿਆ ਤੇ 1 ਤਰੀਕ ਤੋਂ ਬਾਅਦ ਸਿੱਧੀ 14 ਤਰੀਕ ਜਿਵੇਂ ਬਣ ਜਾਂਦੀ ਹੈ ਇਸ ਪ੍ਰਕਾਰ 13 ਦਿਨਾਂ ਦਾ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਅੱਜ ਸਾਡੀ ਸੰਗਰਾਮ 13 14 12 13 14 ਤਰੀਕ ਨੂੰ ਆਉਂਦੀ ਹੈ ਤੇ ਅੰਗਰੇਜ਼ੀ ਕੈਲੰਡਰ ਦੀ ਉਦੋਂ 12 13 ਤਰੀਕ ਹੁੰਦੀ ਹੈ ਇਸੇ ਕਾਰਨ ਕਰਕੇ ਇਹ 12 13 ਦਿਨਾਂ ਦਾ ਫਰਕ ਉਸ ਦਿਨ ਤੋਂ ਅੱਗੇ ਚੱਲਿਆ ਆ ਰਿਹਾ ਤੇ ਕਈ ਵਾਰ ਸਾਡੇ ਗੁਰਮੁਖੇ ਸੋਚ ਲੈਂਦੇ ਵੀ ਸ਼ਾਇਦ ਸਾਡਾ ਕੈਲੰਡਰ ਗਲਤ ਹੈ ਤੇ ਇਹਨਾਂ ਦਾ ਕੈਲੰਡਰ ਠੀਕ ਹੈ ਇਸੇ ਕਰਕੇ ਇਹਨਾਂ ਦੀ 12 13 ਤਰੀਕ ਹੋਈ ਹੁੰਦੀ ਹੈ ਤੇ ਸਾਡਾ ਮਹੀਨਾ ਸ਼ੁਰੂ ਹੋ ਰਿਹਾ ਹੁੰਦਾ ਸੋ ਕਮੀ ਜਾਂ ਕੈਲੰਡਰ ਦਾ ਫੇਰ ਬਦਲ ਦੇਸੀ ਮਹੀਨਿਆਂ ਦੇ ਵਿੱਚ ਨਹੀਂ ਕੀਤਾ ਗਿਆ ਅੰਗਰੇਜ਼ੀ ਕੈਲੰਡਰ ਦੇ ਵਿੱਚ ਕੀਤਾ ਗਿਆ ਸੀ ਜਿਹਦੇ ਕਾਰਨ ਕਰਕੇ ਇਹ ਦਿਨਾਂ ਦਾ ਫਰਕ ਮਹਿਸੂਸ ਹੁੰਦਾ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆ ਕਿ 3 ਸਾਲਾਂ ਦੇ ਅੰਦਰ ਇੱਕ ਦਿਨ ਘਟ ਜਾਂਦਾ ਤੇ ਚੌਥੇ ਸਾਲ ਦੇ ਵਿੱਚ ਜਾ ਕਰਕੇ ਇੱਕ ਦਿਨ ਗੁਰੂ ਪਿਆਰਿਓ ਵਧ ਜਾਂਦਾ ਤੇ ਬਹੁਤ ਸਾਰੇ ਗੁਰਮੁਖੀ ਵੀ ਕਈ ਵਾਰ ਇਹ ਸਵਾਲ ਕਰਦੇ ਆ ਵੀ ਇਹ ਦਿਨ ਕਿੱਥੋਂ ਆ ਜਾਂਦਾ ਤੇ ਤਿੰਨਾਂ ਸਾਲਾਂ ਵਾਸਤੇ ਇਹ ਦਿਨ ਕਿੱਥੇ ਚਲਾ ਜਾਂਦਾ ਕਿਉਂਕਿ ਰੋਜ਼ਾਨਾ ਸੂਰਜ ਚੜ੍ਹਦਾ ਸੂਰਜ ਡੁੱਬਦਾ ਦਿਨ ਚੜ੍ਹਦਾ ਰਾਤ ਪੈ ਜਾਂਦੀ ਦੁਬਾਰਾ ਦਿਨ ਚੜ੍ਹ ਜਾਂਦਾ ਤੇ ਜਿਹਨੂੰ ਆਪਾਂ ਲੀਪ ਦਾ ਈਅਰ ਕਹਿ ਦਿੰਨੇ ਆ ਕਿ ਇਹ 4 ਸਾਲ ਬਾਅਦ ਇੱਕ ਦਿਨ ਨਵਾਂ ਕਿੱਥੋਂ ਆ ਕੇ ਜੁੜ ਜਾਂਦਾ ਤੇ ਤਿੰਨਾਂ ਸਾਲਾਂ ਵਾਸਤੇ ਉਹ ਦਿਨ ਵਿੱਚੋਂ ਨਿਕਲ ਕੇ ਕਿੱਥੇ ਚਲਾ ਜਾਂਦਾ ਇਹਦੀ ਗੱਲ ਵੀ ਜਦੋਂ ਆਪਾਂ ਪਰਖਣੀ ਹੋਵੇ ਤੇ ਜਿਹੜੇ ਸੂਰਜੀ ਕੈਲੰਡਰ ਮੁਤਾਬਕ ਵੀ ਤੇ ਮੁੜ ਕੇ ਲੂਨਰ ਕੈਲੰਡਰ ਮੁਤਾਬਕ ਵੀ ਜਦੋਂ ਜੂਲੀਅਸ ਸੀਜ਼ਰ ਨੇ ਸ਼ੁਰੂ ਕੀਤਾ ਤੇ ਈਵਨ ਪੋਪ ਗੈਗੋਰੀ ਵੱਲੋਂ ਜਾਰੀ ਕੀਤਾ ਗਿਆ ਮੌਜੂਦਾ ਸਮੇਂ ਦਾ ਕੈਲੰਡਰ ਗੈਗੋਰੀਅਨ ਕੈਲੰਡਰ ਉਹਦੇ ਵਿੱਚ ਵੀ ਸਮੇਂ ਦੀ ਬੰਡ ਪੂਰਨ ਤੌਰ ਦੇ ਉੱਪਰ ਨਹੀਂ ਕੀਤੀ ਗਈ ਇਸ ਨੂੰ ਸੌਖਿਆਂ ਸਮਝਣਾ ਹੋਵੇ ਤੇ ਇੱਕ ਦਿਨ ਤੇ ਰਾਤ ਦੇ ਵਿੱਚ ਗੁਰੂ ਪਿਆਰਿਓ 24 ਘੰਟੇ ਦਾ ਸਮਾਂ ਆਪਾਂ ਮੰਨ ਕੇ ਚੱਲਦੇ ਆਂ ਪਰ ਅਸਲ ਰੂਪ ਦੇ ਵਿੱਚ ਇੱਕ ਤੇ ਦਿਨ ਤੇ ਰਾਤ ਦਾ ਸਮਾਂ 24 ਘੰਟੇ 2 ਮਿੰਟ ਤੇ ਕੁਝ ਸੈਕਿੰਡ ਬਣਦੇ ਨੇ ਜਿਹੜੇ ਉੱਪਰ ਵਾਲੇ 2 ਮਿੰਟ ਤੇ ਕੁਝ ਸੈਕਿੰਡ ਹਨ ਉਹਨਾਂ ਨੂੰ ਗਿਣਤੀ ਦੇ ਵਿੱਚ ਨਹੀਂ ਲਿਆ ਜਾਂਦਾ ਉਹਨਾਂ ਨੂੰ ਗਿਣਿਆ ਨਹੀਂ ਜਾਂਦਾ ਰੋਜ਼ਾਨਾ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਮਨੁੱਖ ਵੱਲੋਂ ਤਿਆਰ ਕੀਤੀ ਗਈ ਹੋਈ ਸਮੇਂ ਦੀ ਘੜੀ ਦੇ ਮੁਤਾਬਕ 24 ਘੰਟੇ ਪੂਰੇ ਕਰਕੇ ਉੱਪਰਲੇ 2 ਮਿੰਟ ਤੇ ਕੁਝ ਸੈਕਿੰਡ ਛੱਡ ਦਿੱਤੇ ਜਾਂਦੇ ਤੇ ਜਦੋਂ ਉਹਨਾਂ 2 ਮਿੰਟ ਤੇ ਕੁਝ ਸੈਕੰਡਾਂ ਨੂੰ 3 ਸਾਲ ਬਾਅਦ ਜੋੜਿਆ ਜਾਂਦਾ ਤੇ ਚੌਥੇ ਸਾਲ ਦੇ ਵਿੱਚ ਜਾ ਕਰਕੇ 24 ਘੰਟੇ ਦਾ ਸਮਾਂ ਉਹ ਪੂਰਾ ਬਣਦਾ ਹੈ ਤੇ ਚੌਥਾ ਸਾਲ ਜਿਹਨੂੰ ਲੀਪイヤー ਕਿਹਾ ਜਾਂਦਾ ਤੇ 24 ਆਵਰ ਐਡ ਕਰਕੇ ਚੌਥੇ ਸਾਲ ਦੇ ਵਿੱਚ ਇੱਕ ਦਿਨ ਹੋਰ ਵਧਾ ਦਿੱਤਾ ਜਾਂਦਾ ਸੋ ਸੌਖਿਆਂ ਸਮਝਣ ਵਾਸਤੇ ਆਪ ਜੀ ਨੂੰ ਪਤਾ ਲੱਗ ਜਾਵੇ ਕਿ ਅੱਜ ਪੂਰੀ ਦੁਨੀਆ ਵਿੱਚ ਕਿਸੇ ਨੂੰ ਵੀ ਕੁਐਸਚਨ ਕਰੀਏ ਕਿ ਭਾਈ ਦਿਨ ਤੇ ਰਾਤ ਦਾ ਸਮਾਂ ਕਿੰਨਾ ਤੇ ਆਪਾਂ ਕਹਾਂਗੇ ਜੀ 24 ਘੰਟੇ ਪਰ ਮੂਲ ਰੂਪ ਦੇ ਵਿੱਚ 24 ਘੰਟੇ 2 ਮਿੰਟ ਕੁਝ ਸੈਕਿੰਡ ਬਣਦੇ ਨੇ ਉੱਪਰਲੇ 2 ਮਿੰਟ ਤੇ ਕੁਝ ਸੈਕਿੰਡ ਨੂੰ ਛੱਡ ਦਿੱਤਾ ਜਾਂਦਾ ਤੇ ਚੌਥੇ ਸਾਲ ਦੇ ਵਿੱਚ ਆ ਕਰਕੇ 24 ਘੰਟੇ ਕੈਲੰਡਰ ਦੇ ਵਿੱਚ ਜੋੜ ਕਰਕੇ ਲੀਪ ਈਅਰ ਸਾਲ ਨੂੰ ਬਣਾ ਕਰਕੇ ਇੱਕ ਦਿਨ ਵਿੱਚ ਪੂਰਾ ਪਾ ਦਿੱਤਾ ਜਾਂਦਾ ਤੇ ਉਹਦਾ ਕਾਰਨ ਇਹ ਹੈ ਕਿ ਜੇਕਰ ਉਸ ਦਿਨ ਨੂੰ ਨਾ ਪਾਇਆ ਜਾਵੇ ਉਹ 24 ਘੰਟੇ ਦਾ ਸਮਾਂ ਨਾ ਐਡ ਕੀਤਾ ਜਾਵੇ ਤਾਂ ਸਰਕਲ ਆਫ ਨੇਚਰ ਜਿਹੜਾ ਕੁਦਰਤ ਦਾ ਚੱਕਰ ਹੈ ਕਿ ਜੰਮਣ ਤੋਂ ਲੈ ਕਰਕੇ ਮਰਨ ਤੱਕ ਦੀ ਪ੍ਰਕਿਰਿਆ ਪ੍ਰਕਿਰਤੀ ਦੇ ਨਵੇਂ ਪੁੰਗਾਰੇ ਫੁੱਟਣ ਤੋਂ ਲੈ ਕਰਕੇ ਪੱਤ ਝੜ ਤੱਕ ਆਉਣ ਦੇ ਤੱਕ ਨਵੇਂ ਜਲ ਦੇ ਫੁਹਾਰੇ ਨਵੇਂ ਜਲ ਦੇ ਸੋਮੇ ਸ਼ੁਰੂ ਹੋਣ ਤੋਂ ਬਰਫਾਂ ਦੇ ਵਿੱਚ ਬਦਲ ਜਾਣ ਤੱਕ ਸਰਦੀ ਗਰਮੀ ਬਸੰਤ ਬਹਾਰ ਇਹਨਾਂ ਮੌਸਮਾਂ ਦਾ ਚੱਕਰ ਕੰਪਲੀਟ ਨਹੀਂ ਹੁੰਦਾ ਉਸ ਚੱਕਰ ਨੂੰ ਕੰਪਲੀਟ ਕਰਨ ਵਾਸਤੇ ਚੌਥੇ ਸਾਲ ਦੇ ਵਿੱਚ ਜਾ ਕਰਕੇ ਇੱਕ ਲੀਪイヤー ਦੇ ਨਾਂ ਦੇ ਉੱਪਰ ਇੱਕ ਦਿਨ ਹੋਰ ਵਧਾ ਦਿੱਤਾ ਜਾਂਦਾ ਇਸ ਕੈਲੰਡਰ ਦੇ ਵਿੱਚ ਸੋ ਇਸੇ ਦੇ ਮੁਤਾਬਕ ਉਹ ਇੱਕ ਦਿਨ ਗੁਰੂ ਪਿਆਰੋ ਸਾਡੇ ਕੈਲੰਡਰ ਦੇ ਵਿੱਚ ਆ ਕੇ ਜੁੜ ਜਾਂਦਾ ਸੋ ਆਪ ਜੀ ਨੇ ਹੁਣ ਤੱਕ ਸਾਰੀ ਜਾਣਕਾਰੀ ਲੈ ਲਈ ਹੈ ਕਿ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਇਹ ਮਹੀਨਿਆਂ ਦੇ ਨਾਂ ਕਿੱਥੋਂ ਆਏ ਕਿਸ ਨੇ ਇਹਨਾਂ ਨਾਵਾਂ ਨੂੰ ਰੱਖਿਆ ਤੇ ਇਹਨਾਂ ਨਾਵਾਂ ਦੇ ਪਿੱਛੇ ਦੀ ਕਹਾਣੀ ਕੀ ਹੈ ਕਿਵੇਂ 304 ਦਿਨਾਂ ਦਾ ਸਾਲ 365 ਦਿਨਾਂ ਦਾ ਸਾਲ ਬਣਿਆ ਤੇ ਕਿਸ ਤਰ੍ਹਾਂ ਮੌਜੂਦਾ ਸਮੇਂ ਦਾ ਕੈਲੰਡਰ ਜੋ ਪੋਪ ਗੈ ਗੋਰੀ ਨੇ ਜਾਰੀ ਕੀਤਾ 1752 ਦੇ ਵਿੱਚ ਇੰਗਲੈਂਡ ਨੇ ਐਕਸੈਪਟ ਕਰਕੇ ਇਸ ਨੂੰ ਇੱਕ ਬਿਜ਼ਨਸ ਕੈਲੰਡਰ ਦੇ ਰੂਪ ਦੇ ਵਿੱਚ ਪ੍ਰਦਰਸ਼ਿਤ ਕਰ ਦਿੱਤਾ ਤੇ ਇਹਦੇ ਨਾਲ ਹੀ ਅੱਜ ਵੀ ਤੁਸੀਂ ਇਸ ਗੱਲ ਦੀ ਪਰਖ ਕਰਨੀ ਹੋਵੇ ਤੇ 25 ਦਸੰਬਰ ਰੱਖੀ ਗਈ ਹੈ 크리스마ਸ ਦੀ ਡੇਟ ਜਿਹਨੂੰ ਇਹਨਾਂ ਨੇ ਫਿਕਸ ਕੀਤਾ ਹੋਇਆ ਪਰ ਇਸ ਤੋਂ ਬਾਅਦ ਈਸਟਰ ਦਾ ਦਿਹਾੜਾ ਆਉਂਦਾ ਜੇ ਮੁਹੰਮਦ ਜੀਸਸ ਦੇ ਨਾਲ ਜੋੜਿਆ ਜਾਂਦਾ ਪੈਗੰਬਰ ਦੇ ਨਾਲ ਜੋੜਿਆ ਜਾਂਦਾ ਪਰ ਈਸਟਰ ਦੀ ਤਾਰੀਖ ਅੱਜ ਵੀ ਇਹ ਆਪਣੇ ਕੈਲੰਡਰ ਦੇ ਮੁਤਾਬਕ ਕਦੇ ਫਿਕਸ ਨਹੀਂ ਕਰਦੇ ਚੰਦ ਦੀ ਗਤੀ ਨੂੰ ਦੇਖ ਕਰਕੇ ਈਸਟਰ ਦੀ ਤਾਰੀਖ ਕੱਢੀ ਜਾਂਦੀ ਹੈ ਜਿਹੜੀ ਕਿਸੇ ਵੇਲੇ ਮਾਰਚ ਦੇ ਮਹੀਨੇ ਵਿੱਚ ਆਉਂਦੀ ਹੈ ਤੇ ਕਿਸੇ ਵੇਲੇ ਜਿਹੜੀ ਅਪ੍ਰੈਲ ਦੇ ਮਹੀਨੇ ਵਿੱਚ ਆਉਂਦੀ ਹੈ ਤੁਸੀਂ ਦੁਨੀਆ ਦਾ ਇਤਿਹਾਸ ਕੱਢ ਕੇ ਦੇਖ ਲਓ ਈਸਟਰ ਕਦੇ ਵੀ ਇੱਕ ਡੇਟ ਦਾ ਫਿਕਸ ਨਹੀਂ ਤੇ ਈਸਟਰ ਦੀ ਡੇਟ ਉਹ ਧਰਮ ਦੇ ਈਸਾਈ ਮਤ ਦੇ ਮੰਨਣ ਵਾਲੇ ਲੋਕ ਕੱਢਦੇ ਨੇ ਕਿ ਭਾਈ ਅਸੀਂ ਇਹਦੇ ਮੁਤਾਬਕ ਕੱਢਣੀ ਹੈ ਅੰਗਰੇਜ਼ੀ ਕੈਲੰਡਰ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਅੱਜ ਸਾਰੇ ਸੰਸਾਰ ਦਾ ਤੇ ਸਾਡੇ ਸਿੱਖਾਂ ਦਾ ਖਾਸ ਕਰਕੇ ਜ਼ੋਰ ਲੱਗਾ ਹੋਇਆ ਵੀ ਇਸ ਕੈਲੰਡਰ ਨੂੰ ਐਕਸੈਪਟ ਕਰ ਲਈਏ ਤੇ ਅਸੀਂ ਆਪਣੇ ਗੁਰਪੁਰਬ ਤੇ ਸ਼ਹੀਦੀ ਦਿਹਾੜੇ ਤੇ ਆਪਣੇ ਇਤਿਹਾਸਿਕ ਦਿਹਾੜੇ ਇਸ ਕੈਲੰਡਰ ਦੇ ਮੁਤਾਬਕ ਫਿਕਸ ਕਰ ਲਈਏ ਪਰ ਇਸ ਕੈਲੰਡਰ ਨੂੰ ਬਣਾਉਣ ਵਾਲੇ ਈਸਾਈ ਮਤ ਦੇ ਜਿਹੜੇ ਲੋਕ ਨੇ ਉਹ ਵੀ ਇਸ ਕੈਲੰਡਰ ਨੂੰ ਮੰਨਤਾ ਨਹੀਂ ਦਿੰਦੇ ਤੇ 크리스마ਸ ਦਾ ਦਿਹਾੜਾ ਵੀ ਮੂਨ ਦੇ ਅਕੋਰਡਿੰਗਲੀ ਮਨਾਇਆ ਜਾਂਦਾ ਹੈ ਜਿਨ੍ਹਾਂ ਨੂੰ ਆਪਾਂ ਪੱਕੇ 크ਿਸਤIAN ਲੋਕ ਕਹਿ ਸਕਦੇ ਹਾਂ ਕਿ ਜਿਵੇਂ ਅਸੀਂ ਅੰਮ੍ਰਿਤਧਾਰੀ ਹੋਈਏ ਤੇ ਸਿੱਖ ਹਾਂ ਵੈਸੇ ਨਾਂ ਦੇ ਨਾਲ ਸਿੰਘ ਤੇ ਕੋਰ ਲੱਗਾ ਹੋਇਆ ਦਾੜੀ ਵੀ ਕੱਟੀ ਹੋਈ ਹੈ ਤੇ ਦੂਜੇ ਪਦਾਰਥ ਵੀ ਸ਼ੱਕ ਲੈਣੇ ਭਾਵ ਕਿ ਅਸੀਂ ਨਾਮ ਦੇ ਸਿੱਖ ਹਾਂ ਪਰ ਮੰਨਤਾ ਰੂਪ ਦੇ ਵਿੱਚ ਸਿੱਖ ਨਹੀਂ ਇਸੇ ਪ੍ਰਕਾਰ 크ਿਸਤIAN ਲੋਕ ਵੀ ਉਹ ਨੇ ਜਿਹੜੇ ਬੈਪਟਾਈਜ਼ ਹਨ ਜਿਹੜੇ ਜੀਸਸ ਨੂੰ ਸਮਰਪਿਤ ਨੇ ਤੇ ਕੁਝ ਲੋਕ ਐਸੇ ਨੇ ਕਿ ਜਿਹੜੇ ਧਰਮ ਚ ਪੈਦਾ ਜ਼ਰੂਰ ਹੋਏ ਪਰ ਨਾ ਦੇ ਕ੍ਰਿਸਚੀਅਨ ਨੇ ਸੋ ਹਰ ਸਾਰੇ ਮਤਾਂ ਦੇ ਵਿੱਚ ਲੋਕ ਹੋਇਆ ਕਰਦੇ ਪਰ ਜਿਹੜੇ ਪੱਕੇ ਲੋਕ ਨੇ ਅੱਜ ਵੀ ਉਹ ਕ੍ਰਿਸਮਸ ਦੀ ਡੇਟ 25 ਨਹੀਂ ਮੰਨਦੇ ਤੇ ਈਸਟਰ ਦੀ ਡੇਟ ਵੀ ਪੱਕੀ ਨਹੀਂ ਮੰਨਦੇ ਪਰ ਮੂਲ ਰੂਪ ਦੇ ਵਿੱਚ ਇਹਨਾਂ ਨੇ ਇਸ ਚੀਜ਼ ਨੂੰ ਪ੍ਰਚਲਿਤ ਕਰ ਦਿੱਤਾ ਸੋ ਉਹਨਾਂ ਦੁਆਰਾ ਮੰਨਿਆ ਜਾਣ ਵਾਲਾ ਇਹ ਕੈਲੰਡਰ ਮੰਨਿਆ ਜਾਂਦਾ ਹੈ ਕਿ ਦਾ ਬਰਥ ਆਫ ਜੀਸਸ ਜਿਸ ਦਿਨ ਮੁਹੰਮਦ ਜੀਸਸ ਪੈਦਾ ਹੋਇਆ ਈਸਾ ਮਸੀਹ ਪੈਦਾ ਹੋਇਆ ਉਹ ਸੰਸਾਰ ਦਾ ਪਹਿਲਾ ਦਿਨ ਸੀ ਤੇ ਉਹਦੇ ਤੋਂ ਪਹਿਲਾਂ ਵੀ ਦਿਨ ਚੜਦੇ ਸੀ ਉਹਦੇ ਤੋਂ ਪਹਿਲਾਂ ਵੀ ਰਾਤਾਂ ਪੈਂਦੀਆਂ ਸੀ ਪਰ ਇਸ ਕੈਲੰਡਰ ਨੂੰ ਲਾਗੂ ਕਰਨ ਵਾਲਿਆਂ ਨੇ ਉਸ ਨੂੰ ਵੱਡੇ ਦਿਨ ਦੇ ਰੂਪ ਦੇ ਵਿੱਚ ਪਹਿਲਾ ਦਿਨ ਮੰਨਿਆ ਤੇ ਜਿਵੇਂ ਮੈਂ ਆਪ ਜੀ ਦੇ ਨਾਲ ਸਾਂਝ ਕੀਤੀ ਕਿ ਕੁਦਰਤ ਦਾ ਸਰਕਲ ਜਦੋਂ ਪੂਰਾ ਹੁੰਦਾ ਦਿਨ ਤੇ ਰਾਤ ਦਾ ਸਮਾਂ ਬਰਾਬਰ ਹੁੰਦਾ ਕਿ ਉਨੇ ਹੀ ਘੰਟੇ ਮਿੰਟਾਂ ਦਾ ਦਿਨ ਹੋਵੇ ਤੇ ਉਨੇ ਹੀ ਘੰਟੇ ਮਿੰਟਾਂ ਦੀ ਰਾਤ ਹੋਵੇ ਜਦੋਂ ਸਮਾਂ ਬਿਲਕੁਲ ਬਰਾਬਰ ਹੋ ਜਾਂਦਾ ਉਸ ਤੋਂ ਅਗਲੇ ਦਿਨ ਨੂੰ ਨਵੇਂ ਦਿਨ ਦੇ ਰੂਪ ਦੇ ਵਿੱਚ ਮੰਨਿਆ ਜਾਂਦਾ ਜਿਹੜਾ ਕਿ 31 ਦਸੰਬਰ ਨੂੰ ਨਹੀਂ ਆਉਂਦਾ ਮਾਰਚ ਦੇ ਮਹੀਨੇ ਵਿੱਚ ਜਾ ਕਰਕੇ ਬਣਦਾ ਤੇ ਇਸੇ ਹੀ ਮੁਲਖਾਂ ਦੇ ਰਹਿਣ ਵਾਲੇ ਯੂਰਪ ਦੇ ਰਹਿਣ ਵਾਲੇ ਲੋਕ ਜਿਹੜੇ 31 ਦਸੰਬਰ ਨੂੰ ਪਟਾਕੇ ਚਲਾ ਕਰਕੇ ਨਵਾਂ ਸਾਲ ਮਨਾਉਂਦੇ ਨੇ ਪਰ ਜਦੋਂ ਤੁਹਾਡੀਆਂ ਜੇਬਾਂ ਦੇ ਵਿੱਚੋਂ ਟੈਕਸ ਲੈਣ ਦੀ ਵਾਰੀ ਆਉਂਦੀ ਹੈ ਤੇ ਉਹ ਭਾਈ ਪਹਿਲੀ ਅਪ੍ਰੈਲ ਤੋਂ ਲੈ ਕਰਕੇ 31 ਮਾਰਚ ਤੱਕ ਤੁਹਾਡਾ ਟੈਕਸ ਇਅਰ ਗਿਣਦੇ ਨੇ ਪਹਿਲੀ ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਨਹੀਂ ਗਿਣਦੇ ਉਹਦਾ ਕਾਰਨ ਹੈ ਕਿ ਦਿਨਾਂ ਦੀ ਤੇ ਸਮੇਂ ਦੀ ਗਿਣਤੀ ਬਰਾਬਰ ਨਹੀਂ ਆਉਂਦੀ ਜੇ ਦਿਨਾਂ ਦੀ ਤੇ ਸਮੇਂ ਦੀ ਗਿਣਤੀ ਬਰਾਬਰ ਕਰਨੀ ਹੈ ਤੇ ਪਹਿਲੀ ਅਪ੍ਰੈਲ ਤੋਂ ਲੈ ਕੇ 31 ਮਾਰਚ ਤੱਕ ਗਿਣਿਆ ਹੀ ਗੱਲ ਬਣਦੀ ਹੈ ਤੇ ਭਾਰਤ ਵਰਗਾ ਦੇਸ਼ ਵੀ ਜਿਹੜਾ ਸੈਲੀਬ੍ਰੇਸ਼ਨ ਕਰ ਰਿਹਾ ਨਵੇਂ ਸਾਲ ਦੀ ਬੱਚੇ ਜਾਣਦੇ ਹੋਣਗੇ ਕਿ ਸਕੂਲਾਂ ਦੇ ਵਿੱਚ ਰਿਜ਼ਲਟ 31 ਮਾਰਚ ਨੂੰ ਆਇਆ ਕਰਦਾ ਸੀ ਤੇ ਸਰਕਾਰੀ ਅਫੀਸ਼ੀਅਲ ਈਅਰ 31 ਮਾਰਚ ਨੂੰ ਸਪਾਪਤ ਹੋ ਕਰਕੇ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੁੰਦਾ ਤੇ ਜਿਹੜੇ ਖਾਣ ਪੀਣ ਵਾਲੇ ਸੱਜਣ ਨੇ ਉਹ ਤੇ ਬਹੁਤਾ ਜਾਣਦੇ ਹੋਣਗੇ ਕਿ ਭਾਈ ਮਾਰਚ ਦੇ ਮਹੀਨੇ ਦੇ ਵਿੱਚ ਜਦੋਂ ਠੇਕੇ ਟੁੱਟਦੇ ਨੇ ਸਰਕਾਰੀ ਰੂਪ ਦੇ ਵਿੱਚ ਸਰਕਾਰੀ ਕਾਗਜ਼ਾਂ ਦੇ ਵਿੱਚ ਸਾਲ ਉਦੋਂ ਸਮਾਪਤ ਹੁੰਦਾ ਸੋ ਗੁਰਬਾਣੀ ਦੇ ਪੱਖ ਤੋਂ ਦੇਖੀਏ ਤੇ ਮਹਾਰਾਜ ਨੇ ਮਾਰਚ ਦੇ ਮਹੀਨੇ ਤੋਂ ਹੀ ਚੇਤ ਗੋਬਿੰਦ ਅਰੰਧਿਏ ਨਵੇਂ ਸਾਲ ਦੀ ਪ੍ਰਾਰੰਭਤਾ ਕੀਤੀ ਹੈ ਤੇ ਫੱਗਣ ਦਾ ਮਹੀਨਾ ਸਾਲ ਦਾ ਆਖਰੀ ਮਹੀਨਾ ਮੰਨਿਆ ਸੋ ਇਹ ਲੋਕ ਵੀ ਭਾਵੇਂ 31 ਤਰੀਕ ਨੂੰ ਨਵੇਂ ਸਾਲ ਦਾ ਅਖੀਰ ਵਾਇਗਰੂ ਪੁਰਾਣੇ ਸਾਲ ਦਾ ਆਖਰੀ ਦਿਨ ਮੰਨ ਕੇ ਤੇ ਪਹਿਲੀ ਜਨਵਰੀ ਨੂੰ ਨਵਾਂ ਦਿਨ ਮਨਾਉਂਦੇ ਨੇ ਪਰ ਮੂਲ ਰੂਪ ਦੇ ਵਿੱਚ ਮਾਰਚ ਦੇ ਮਹੀਨੇ ਵਿੱਚ ਜਾ ਕਰਕੇ ਇਹ ਸਾਰਾ ਸਰਕਲ ਜਿਹੜਾ ਉਹ ਕੰਪਲੀਟ ਹੁੰਦਾ ਜੀ ਤੇ ਜਦੋਂ ਆਪਾਂ ਇਸ ਸਾਰੇ ਕੈਲੰਡਰ ਦੀ ਪੜਤਾਲ ਕਰਦੇ ਹਾਂ ਦੇਖਦੇ ਆਂ ਪਰਖਦੇ ਆਂ ਤੇ ਪਤਾ ਲੱਗਦਾ ਹੈ ਕਿ ਭਾਈ 크੍ਰਿਸਚੀਅਨ ਮਤ ਨੂੰ ਮੰਨਣ ਵਾਲੇ ਈਸਾ ਮਸੀਹ ਨੂੰ ਮੰਨਣ ਵਾਲੇ ਉਹਨਾਂ ਦੇ ਮੁਤਾਬਕ ਆਪਣੇ ਗੁਰੂ ਪੀਰਾਂ ਨੂੰ ਧਿਆਉਂਦਿਆਂ ਹੋਇਆਂ ਸਾਰੇ ਮਹੀਨਿਆਂ ਦੇ ਨਾਮ ਦਿਨਾਂ ਦੀ ਵੰਡ ਕੀਤੀ ਗਈ ਤੇ ਉਹਦੇ ਮੁਤਾਬਕ ਇੱਕ ਕੈਲੰਡਰ ਤਿਆਰ ਕੀਤਾ ਗਿਆ ਜਿਹਨੂੰ ਹੌਲੀ-ਹੌਲੀ ਕਰਕੇ ਸਾਰੇ ਮਤਾਂ ਨੇ ਅਪਣਾਉਣਾ ਸ਼ੁਰੂ ਕਰ ਲਿਆ ਤੇ ਅੱਜ ਸਾਰੇ ਮਤਾਂ ਦੇ ਲੋਕ ਭਾਵੇਂ ਉਹ ਸਿੱਖ ਨੇ, ਹਿੰਦੂ ਨੇ, ਮੁਸਲਮਾਨ ਨੇ, ਇਸਾਈ ਨੇ ਉਹਨਾਂ ਦੇ ਉੱਪਰ ਇਸ ਕੈਲੰਡਰ ਦਾ ਪ੍ਰਭਾਵ ਹੈ। ਦੇ ਅਸੀਂ ਜਾਣੇ ਅਣਜਾਣੇ ਦੇ ਵਿੱਚ ਨਵਾਂ ਸਾਲ ਨਵਾਂ ਸਾਲ ਕਹਿ ਕਰਕੇ ਮਨਾਈ ਜਾ ਰਹੇ ਆ ਪਰ ਅਸਲ ਰੂਪ ਦੇ ਵਿੱਚ ਉਹਨਾਂ ਦੇ ਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ ਉਹਨਾਂ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਨਾਮ ਦੇ ਉੱਪਰ ਭਾਈ ਇਹ ਮਹੀਨਿਆਂ ਦੇ ਨਾਮ ਰੱਖੇ ਗਏ ਨੇ ਤੇ ਜਿਹੜੇ ਗੁਰਮੁਖਾਂ ਨੇ ਇਹ ਸਾਰੀ ਵੀਡੀਓ ਪਹਿਲਾਂ ਨਹੀਂ ਸੁਣੀ ਮੈਂ ਬੇਨਤੀ ਕਰਾਂਗਾ ਥੋੜਾ ਸਮਾਂ ਕੱਢ ਕੇ ਸੁਣਿਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਭਾਈ ਜਨਵਰੀ ਕਿੱਥੋਂ ਆਈ ਫਰਵਰੀ ਕਿੱਥੋਂ ਆਈ ਮਾਰਚ ਕਿੱਥੋਂ ਆਇਆ ਇਹ ਨਾਮ ਕਿਵੇਂ ਬਣੇ ਇਹਨਾਂ ਦਾ ਇਤਿਹਾਸ ਕੀ ਹੈ ਤੇ ਇਹ ਕੈਲੰਡਰ ਕਿਸ ਪ੍ਰਕਾਰ ਦੇ ਨਾਲ ਇਸਾਈ ਮਤ ਦਾ ਕੈਲੰਡਰ ਹੈ ਜਿਹਨੂੰ ਸੰਸਾਰ ਦੇ ਅੰਦਰ ਬਿਜ਼ਨਸ ਕੈਲੰਡਰ ਕਹਿ ਕੇ ਪ੍ਰਚਾਰਿਆ ਜਾਂਦਾ ਤੇ ਗੁਰਮਤ ਦੇ ਅਨੁਸਾਰ ਨਵਾਂ ਸਾਲ ਚੇਤ ਮਹੀਨੇ ਪ੍ਰਾਰambh ਹੁੰਦਾ ਤੇ ਸਤਗੁਰੂ ਮਹਾਰਾਜ ਕਿਰਪਾ ਕਰਦੇ ਪਾਈ ਘੜੀਆਂ ਪੈਰਾ ਥਿੱਤਾਂ ਵਾਰਾਂ ਕਿ ਇਹਨਾਂ ਦੇ ਬਾਰੇ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਤੋਂ ਬਗੈਰ ਹੋਰ ਕੋਈ ਨਹੀਂ ਜਾਣ ਸਕਦਾ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਅਕਾਲ ਪੁਰਖ ਆਪਣੇ ਆਪ ਦੇ ਵਿੱਚ ਪੈਦਾ ਹੋਇਆ ਤੇ ਉਹੀ ਇਸ ਸਾਰੇ ਵਰਤਾਰੇ ਨੂੰ ਜਾਣਦਾ ਮਾਰੂ ਮਹੱਲਾ ਪਹਿਲਾ ਦੇ ਰੂਪ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਨੇ ਪੂਰਨ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇਸ ਗੱਲ ਦਾ ਵਿਸਥਾਰ ਕੀਤਾ ਹੈ ਅਰਬਦ ਨਰਬਦ ਤੰਦੂਕਾਰਾ ਧਰਨ ਨ ਗਦਨਾ ਹੁਕਮ ਅਪਾਰਾ ਨਾ ਦਿਨ ਰੈਣ ਨ ਚਾਨਣ ਨ ਸੂਰਜ ਸੁੰਨ ਸਮਾਦ ਲਗਾਇੰਦਾ ਖਾਣੀ ਨ ਬਾਣੀ ਪਵਨ ਨ ਪਾਣੀ ਊਪਤ ਖਪਤ ਨ ਆਵਣ ਜਾਣੀ ਖੰਡ ਪਾਤਾਲ ਸप्त ਨਹੀਂ ਸਾਗਰ ਨਦੀ ਨ ਅਨੀਰ ਬਹਾਈਂਦਾ ਤੇ ਆਖਰਲੀਆ ਤੁਕਾਂ ਵਿੱਚ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਭਾਈ ਬਰਲੇ ਕੋਗੁਰ ਸ਼ਬਦ ਸੁਨਾਇਆ ਕਰ ਕਰ ਦੇਖੈ ਹੁਕਮ ਸੁਆਇਆ ਖੰਡ ਮੰਡਲ ਪਾਤਾਲ ਅਰੰਭੇ ਗੁਪਤੀ ਪ੍ਰਗਟ ਆਏ ਦਾ ਤਾਕਾ ਅੰਤ ਨਾ ਜਾਣੈ ਸੋ ਕੋਈ ਪੂਰੇ ਗੁਰ ਤੇ ਸੋਝੀ ਹੋਈ ਨਾਨਕ ਸਾਚ ਰਤੇ ਵਿਸਮਾਦੀ ਬਿਸਮ ਭਏ ਗੁਣ ਗਾਏ ਦਾ ਇਹ ਪੂਰੇ ਸ਼ਬਦ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਦੱਸਿਆ ਕਿ ਭਾਈ ਸੰਸਾਰ ਦੇ ਉੱਪਰ ਪਹਿਲਾ ਦਿਨ ਕਦੋਂ ਸ਼ੁਰੂ ਹੋਇਆ ਕਿਵੇਂ ਦਿਨ ਬਣਿਆ ਕਿਵੇਂ ਅੱਗੇ ਸ੍ਰਿਸ਼ਟੀ ਚੱਲੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਘੜੀਆਂ ਪੈਰਾਂ ਥਿੱਤਾਂ 12 ਦੀ ਜਿਵੇਂ ਮੈਂ ਗੱਲ ਕੀਤੀ ਐ ਕਿ ਵਿਸੂਏ ਚਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਹੋ ਹੋ ਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਕਿ ਭਾਈ ਇਹਦੇ ਬਾਰੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਦੁਨੀਆ ਦੇ ਤਲ ਦੇ ਉੱਪਰ ਈਸਾਈ ਮਤ ਵੱਲੋਂ ਪ੍ਰਚਾਰਿਆ ਗਿਆ ਕੈਲੰਡਰ ਜਿਹਨੂੰ 31 ਦਸੰਬਰ ਸਾਲ ਦਾ ਆਖਰੀ ਦਿਨ ਤੇ ਪਹਿਲੀ ਜਨਵਰੀ ਨਵਾਂ ਸਾਲ ਕਹਿ ਕੇ ਮਨਾਇਆ ਜਾਂਦਾ ਆਪ ਸੰਗਤਾਂ ਨੂੰ ਜਿਹੜੇ ਮਨਾ ਰਹੇ ਨੇ ਭਾਈ ਬਹੁਤ-ਬਹੁਤ ਵਧਾਈਆਂ ਹੋਵਣ ਸਤਿਗੁਰੂ ਕਿਰਪਾ ਕਰੇ ਨਵਾਂ ਸਾਲ ਤੁਹਾਡੇ ਵਾਸਤੇ ਚੜ੍ਹਦੀਆਂ ਕਲਾ ਵਾਲਾ ਹੋਵੇ ਪਰ ਸੋਚੀ ਜਰੂਰ ਰੱਖਿਏ ਗਿਆਨ ਜ਼ਰੂਰ ਹਾਸਲ ਕਰੀਏ ਕਿ ਪਿੱਛੇ ਦਾ ਇਤਿਹਾਸ ਕੀ ਹੈ ਦਿਨ ਕਿਵੇਂ ਬਣੇ ਦਿਨਾਂ ਦੇ ਨਾਂ ਕਿੱਦਾਂ ਬਣੇ ਮਹੀਨੇ ਕਿਵੇਂ ਬਣੇ ਮਹੀਨਿਆਂ ਦੇ ਨਾਂ ਕਿਹਨੇ ਰੱਖੇ ਕਿਉਂ ਰੱਖੇ ਤੇ ਉਹਨਾਂ ਦੇ ਪਿੱਛੇ ਦੀ ਕਾਰਨ ਕੀ ਨੇ ਇਹਨਾਂ ਸਾਰੀਆਂ ਗੱਲਾਂ ਉੱਪਰ ਜਾਣਕਾਰੀ ਲੈਣਾ ਸਾਡਾ ਫਰਜ਼ ਬਣਦਾ ਜੀ ਸੋ ਵੀਡੀਓ ਕਾਫੀ ਲੰਬੀ ਹੋ ਗਈ ਹੈ ਦਿਨਾਂ ਦੇ ਨਾਂ ਹਫ਼ਤਿਆਂ ਦੇ ਨਾਂ ਉਹਨਾਂ ਦੇ ਪਿੱਛੇ ਦਾ ਇਤਿਹਾਸ ਫਿਰ ਸਮਾਂ ਬਣਿਆ ਤੇ ਤੁਹਾਡੇ ਨਾਲ ਸਾਂਝ ਕਰਾਂਗੇ ਅੱਜ ਕੇਵਲ ਤੇ ਕੇਵਲ ਸਾਲ ਦੇ 12 ਮਹੀਨੇ 365 ਦਿਨ 24 ਘੰਟੇ ਦਾ ਸਮਾਂ ਮਹੀਨਿਆਂ ਦੇ ਨਾਂ ਕਿੱਥੋਂ ਆਏ ਕਿਹਨੇ ਰੱਖੇ ਤੇ ਕਿਵੇਂ ਬਣੇ ਇਹ ਆਪਾਂ ਆਪ ਜੀ ਦੇ ਨਾਲ ਸਾਂਝ ਕੀਤੀ ਹੈ ਸੋ ਦਾਸ ਇਹ ਬੇਨਤੀ ਕਰੇਗਾ ਕਿ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਜਰੂਰ ਸਹਿਯੋਗ ਕਰਕੇ ਹੋਰ ਵੀ ਗੁਰਮੁਖਾਂ ਤੱਕ ਸਾਂਝੀ ਕਰੀਏ ਜੀ ਇਸੇ ਦੇ ਨਾਲ ਆਪ ਜੀ ਤੋਂ ਅੱਗੇ ਆ ਲਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ